Thank you.
ਜਿੰਨੇ ਵੀ ਬਾਈ ਭਾਈ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਕੁੱਲ ਦੁਨੀਆਂ ਦੇ ਵਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਖਾਲਸਾ ਸਾਜਨਾ ਦਿਹਾੜੇ ਦੇ ਇਸ ਵਿਸ਼ੇਸ਼ ਦੀਵਾਨ ਵਿੱਚ ਆਪਾਂ ਸਾਰੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਕੱਤਰ ਹੋ ਰਹੇ ਹਾਂ। ਸੁਭਾਗੀਆਂ ਘੜੀਆਂ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ ਨੇ ਕਿ ਰਲ ਮਿਲ ਕੇ ਆਪਾਂ ਗੁਰੂ ਬਾਣੀ ਦੀ ਵਿਚਾਰ ਕਰਨ ਲਈ ਔਰ ਆਪਣੇ ਇਤਿਹਾਸ ਨੂੰ ਚੇਤੇ ਕਰਨ ਲਈ ਸਤਿਗੁਰ ਦੀ ਹਜ਼ੂਰੀ ਵਿੱਚ ਆਏ ਹਾਂ। ਸਾਧ ਸੰਗਤ ਵੱਡੇ ਕਰਮਾਂ ਵੱਡੇ ਭਾਗਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਬਹਿਣਾ ਨਸੀਬ ਹੁੰਦਾ ਹੈ। ਤੋ ਆਪਾਂ ਸਾਰਿਆਂ ਦੇ ਭਾਗ ਜਾਗੀ ਹੈ ਕਿ ਮਹਾਰਾਜ ਸਾਹਿਬ ਜੀ ਨੇ ਇਸ ਭਾਗਾ ਸਮਾਪਨ ਨੂੰ ਬਖਸ਼ਿਸ਼ ਕੀਤਾ। ਆਓ ਸਭ ਤੋਂ ਪਹਿਲਾਂ ਪਿਆਰ ਸਹਿਤ ਫਤਿਹ ਦੀ ਸਾਂਝ ਪਾਓ, ਸਾਰੇ ਪਿਆਰ ਨਾਲ ਗੱਜ ਵੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 1469 ਈਸਵੀ ਦੇ ਵਿੱਚ ਸੰਸਾਰ ਉੱਤੇ ਆਏ, ਇਸ ਬਾਤ ਲੋਕ 'ਤੇ ਆਏ। ਬਾਬਾ ਦੇਖਿਆ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸਿਆ। ਜਦੋਂ ਧਿਆਨ ਲਾ ਕੇ ਦੇਖਿਆ ਕਿ ਸਾਰੀ ਲੁਕਾਈ ਜਿਹੜੀ ਹੈ ਸੜ ਰਹੀ ਹੈ, ਕਿਸੇ ਦੇ ਅੰਦਰ ਸ਼ਾਂਤੀ ਨਹੀਂ ਹੈ, ਆਨੰਦ ਨਹੀਂ ਹੈ, ਹਾਲਤ ਐਸੀ ਸੀ ਕਿ ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹੇ ਹੋਈ, ਭਾਈ ਬੰਦੀ ਹੀਰ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਐਸੇ ਸਮੇਂ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਬੇ ਮਰਦਾਨੇ ਦੇ ਸਿਰ ਦੇ ਉੱਤੇ ਹੱਥ ਰੱਖਿਆ, ਬਾਬੇ ਫਰਿੰਦੇ ਤੋਂ ਲੈ ਕੇ ਉਹ ਰਬਾਬ ਭਾਈ ਮਰਦਾਨਾ ਜੀ ਦੇ ਹੱਥ ਵਿੱਚ ਦੇ ਦਿੱਤੀ। ਭਾਈ ਮਰਦਾਨਾ ਜੀ ਕਹਿੰਦੇ ਹੈ, ਸਤਿਗੁਰੂ ਮੈਂ ਇਹ ਰਬਾਬ ਵਜਾਉਣੀ ਸਿੱਖੀ ਨਹੀਂ ਹੈ, ਮਰਾਸੀਆਂ ਦਾ ਮੁੰਡਾ ਹਾਂ, ਸੁਣਿਆ ਹੈ ਇਹਨੂੰ ਸੁਰ ਕਰਨਾ ਪੈਂਦਾ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਇਹ ਰਬਾਬ ਧੁਰ ਦਰਗਾਹ ਤੋਂ ਸੁਰ ਹੋ ਕੇ ਆਈ ਹੈ, ਇਹਦਾ ਸੁਰ ਢਿੱਲਾ ਨਹੀਂ ਹੋਏਗਾ। ਗੁਰਸਤਨਾ ਇਹ ਸੁਰ ਹੈ, ਤੂੰ ਬਸ ਇਹਦੇ ਉੱਤੇ ਹੱਥ ਰੱਖਣਾ ਹੈ, ਵਜਣਾ ਤਾਂ ਇਹਨੇ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਪੇ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿ। ਅੰਮ੍ਰਿਤ ਵੇਲਾ ਹੋਇਆ, ਅੱਜ ਮੇਰੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਦੇ ਨਾਲ ਤਿਆਰੀ ਕੀਤੀ ਹੋਈ ਹੈ। ਅੱਜ ਪੀਲੇ ਰੰਗ ਦੇ ਵਸਤਰ ਪਾਏ ਹੋਏ ਹੈ, ਪੀਲਾ ਦਵਾਲਾ ਸਜਾਇਆ ਹੋਇਆ ਹੈ, ਔਰ ਸਤਿਗੁਰੂ ਜੀ ਦੇ ਹਾਵ ਭਾਵ ਨੂੰ ਵੇਖ ਕੇ ਬੇਬੇ ਨਾਨਕੀ ਜੀ ਪੁੱਛਦੇ ਹੈ ਕਿ ਵੀਰਾ ਕਿੱਧਰ, ਅੱਜ ਕਿੱਧਰ ਦੀ ਤਿਆਰੀ ਕੀਤੀ ਹੈ। ਭੈਣ ਦੁਨੀਆਂ ਬਹੁਤ ਦੁਖੀ ਹੈ, ਕੋ ਸਤਨਾਮ ਸ੍ਰੀ ਵਾਹਿ। ਸੰਸਾਰ ਬਹੁਤ ਦੁਖੀ ਹੈ, ਮੈਂ ਇਹ 'ਚ ਦੁਕਾਨਾਂ ਕਰਨ ਵਾਸਤੇ ਨਹੀਂ ਆਇਆ, ਮੈਂ ਮੋਦੀ ਖਾਨੇ ਦਾ ਮੋਦੀ ਲੱਗਣ ਲਈ ਨਹੀਂ ਆਇਆ, ਮੇਰੀ ਤਾਂ ਇੱਥੇ ਡਿਊਟੀ ਹੈ। ਬਾਬੇ ਤਾਰੇ ਚਾਰ ਚੱਕ, ਮੇਰੀ ਤਾਂ ਇਹ ਉਸ ਅਕਾਲ ਪੁਰਖ ਨੇ ਇਹ ਡਿਊਟੀ ਲਾ ਕੇ ਭੇਜੀ ਹੈ ਕਿ ਘਰ ਘਰ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ, ਭਰਾ ਭਰਾ ਦਾ ਦੁਸ਼ਮਣ ਹੋਇਆ ਹੋਇਆ, ਦੁਨੀਆਂ ਧਰਮ ਤੋਂ ਡਿੱਗ ਰਹੀ ਹੈ, ਧਰਮ ਤੋਂ ਹੱਥ ਛੁੱਟਦੇ ਜਾ ਰਹੇ ਹੈ, ਮੇਰੀ ਤਾਂ ਉਸ ਮਾਲਕ ਨੇ ਭੈਣੇ ਡਿਊਟੀ ਲਾ ਕੇ ਕੱਢੀ ਹੈ, ਇਹਨਾਂ ਜੀਆਂ ਨੂੰ ਸਤਨਾਮ ਦਾ ਮੰਤਰ ਜਪਾਉਣ ਲਈ। ਆਖੋ ਸਤਨਾਮ ਮੇਰੀ ਤਾਂ ਇਹ ਡਿਊਟੀ ਹੈ। ਬੇਬੇ ਨਾਨਕੀ ਨੇ
ਬਾਬਾ ਸ਼੍ਰੀ ਚੰਦ ਸਾਹਿਬ ਔਰ ਬਾਬਾ ਲਖਮੀ ਚੰਦ ਜੀ ਨੂੰ ਅੱਗੇ ਕਰ ਦਿੱਤਾ। ਨਾਨਕ ਤੇਰੇ ਤੋਂ ਬਾਅਦ ਇਹ ਛੋਟੇ ਛੋਟੇ ਬੱਚੇ ਕਿਵੇਂ ਰਹਿਣਗੇ, ਇਹਨਾਂ ਨੂੰ ਕੌਣ ਸੰਭਾਲੇਗਾ? ਤੇ ਆਪ ਜੀ ਨੂੰ ਪਤਾ ਹੋਏਗਾ ਕਿ ਬੇਬੇ ਨਾਨਕੀ ਜੀ ਦੀ ਕੁੱਖ ਤੋਂ ਔਲਾਦ ਨਹੀਂ ਹੋਈ ਸੀ ਅਖ ਸਤਨਾਮ ਸ੍ਰੀ ਵਾਹ। ਸਤਿਗੁਰੂ ਜੀ ਨੇ ਬਾਬਾ ਸ਼੍ਰੀ ਚੰਦ ਔਰ ਬਾਬਾ ਲਖਮੀ ਚੰਦ ਜੀ ਦੀ ਬਾਂਹ ਜਿਹੜੀ ਸੀ ਬੇਬੇ ਨਾਨਕੀ ਦੇ ਹੱਥ ਵਿੱਚ ਫੜਾ ਦਿੱਤੀ। ਲੈ ਫਿਰ ਭੈਣੇ, ਹੁਣ ਇਹਨਾਂ ਦੀ ਭੂਆ ਵੀ ਤੂੰ ਹੈ ਤੇ ਮਾਂ ਵੀ ਤੂੰ ਹੀ ਹੈ ਅਖ ਸਤਨਾਮ ਸ੍ਰੀ ਵਾਹ। ਇਹ ਜ਼ਿੰਮੇਵਾਰੀ ਹੁਣ ਤੇਰੀ ਹੈ। ਤੇ ਬੀਬੀ ਸੁਲੱਖਣੀ, ਮਾਂ ਸੁਲੱਖਣੀ ਜੀ ਉਹ ਕੋਈ ਆਮ ਰੂਹ ਨਹੀਂ ਸੀ ਅਖ ਸਤਨਾਮ ਸ੍ਰੀ ਵਾਹ। ਜਿਹਦਾ ਕਾਰਜ, ਜਿਹਦਾ ਆਨੰਦ ਕਾਰਜ ਸਾਰੀ ਸ੍ਰਿਸ਼ਟੀ ਦੇ ਮਾਲਕ, ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਹੋਇਆ ਹੋਏ, ਉਹ ਕੋਈ ਆਮ ਨਹੀਂ ਸੀ ਅਖ ਸਤਨਾਮ ਸ੍ਰੀ ਵਾਹ। ਮਾਤਾ ਸੁਲੱਖਣੀ ਜੀ ਨੂੰ ਪਤਾ ਸੀ। ਸਤਿਗੁਰੂ ਜੀ ਕਹਿੰਦੇ ਹੈ ਬੇਬੇ ਹੁਣ ਆ ਗਿਆ ਤੇ ਵੀਰਾ ਚੱਲਿਆ ਕਿੱਥੇ ਹੈ, ਦੱਸ ਤਾਂ ਦੇ ਚੱਲਿਆ ਕਿੱਥੇ। ਹਰ ਦੁਖੀਏ ਦੇ ਕੋਲ, ਹਰ ਇੱਕ ਰੂਹ ਦੇ ਕੋਲ ਜਿਹੜੀ ਮਿਲਕ ਰਹੀ ਹੈ, ਜਿਹੜੀ ਉਹ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ ਪਰ ਜਿਹਨੂੰ ਰਸਤਾ ਨਹੀਂ ਲੱਭ ਰਿਹਾ, ਖੁਦ ਸਤਨਾਮ ਸ੍ਰੀ ਵਾਹ। ਕਿਤੇ ਸੱਜਣ ਠੱਗ ਵਰਗੇ ਬੈਠੇ ਹੈ, ਕਿਤੇ ਕੌਂਡੇ ਰਾਕਸ਼ ਵਰਗੇ ਬੈਠੇ ਹੈ, ਕਿਤੇ ਭੂਮੀਏ ਚੋਰ ਵਰਗੇ ਆ, ਖੁਦ ਸਤਨਾਮ ਸ੍ਰੀ ਵਾਹ। ਕੱਲੇ ਕੱਲੇ ਦੇ ਕੋਲ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚੱਲ ਕੇ ਗਏ ਆਖੋ ਸਤਨਾਮ ਸ੍ਰੀ ਵਾਹ। ਚੱਲ ਚੱਲੀਏ ਮਰਦਾਨਿਆਂ, ਮਰਦਾਨਿਆਂ ਬਹੁਤ ਦੁਨੀਆਂ ਦੁਖੀ ਹੈ, ਚੱਲ ਚੱਲੀਏ ਮਰਦਾਨਿਆਂ ਦਰਦ ਵੰਡਾਵਨ ਲੋਕਾਂ ਦੇ। ਚੱਲ ਦੁਨੀਆਂ ਦੇ ਦਰਦ ਵੰਡਾਉਣ ਚੱਲੀਏ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਘਰੋਂ ਚੱਲ ਪਏ। ਦੇਖੋ ਫਿਰ ਕਿੱਥੇ ਕਿੱਥੇ ਜਾ ਕੇ ਸਤਨਾਮ ਦਾ ਮੰਤਰ ਜਪਾਇਆ। ਦੂਜੇ ਪਾਤਸ਼ਾਹ ਨੇ ਵੀ ਉਵੇਂ ਜਿਵੇਂ ਪ੍ਰਚਾਰ ਕੀਤਾ, ਸਤਨਾਮ ਦਾ ਮੰਤਰ ਜਪਾਇਆ, ਭੁੱਲੀ ਹੋਈ ਲੁਕਾਈ ਨੂੰ ਗੁਰੂ ਦੇ ਨਾਲ ਜੋੜਿਆ, ਮੂਲ ਮੰਤਰ ਜਪਾਇਆ, ਵਾਹਿਗੁਰੂ ਗੁਰਮੰਤਰ ਜਪਾਇਆ। ਸਾਧ ਸੰਗਤ ਜੀ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਗੁਰੂ ਸਾਹਿਬਾਂ ਨੇ ਲੁਕਾਈ ਨੂੰ, ਮਨੁੱਖਤਾ ਨੂੰ ਉਸ ਪਰਮਾਤਮਾ, ਉਸ ਪਰਮੇਸ਼ਰ ਰੱਬ ਦੇ ਨਾਲ ਜੋੜਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਮਾਂ ਆਇਆ। ਕਸ਼ਮੀਰੀ ਪੰਡਿਤ ਆਪ ਜੀ ਜਾਣਦੇ ਹੋ, ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜਿਹੜੀ ਉਮਰ ਹੈ ਉਹ ਕੇਵਲ 9 ਸਾਲ ਦੀ ਸੀ। ਕਸ਼ਮੀਰੀ ਪੰਡਿਤ ਜਦੋਂ ਚੱਲ ਕੇ ਆਨੰਦਾਨੀਪੁਰੀ ਆ ਗਏ, ਰੋ ਰਹੇ 500 ਦੇ ਕਰੀਬ ਸਨ, ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਹੇਠ ਆਏ ਸਨ, ਰੋ ਰਹੇ ਹੈ, ਕੁਰਲਾ ਰਹੇ ਹੈ। ਗੋਬਿੰਦ ਰਾਏ ਜੀ ਪੁੱਛ ਰਹੇ ਹੈ ਜਗਤ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ, ਤੁਹਾਡੇ ਦਰਬਾਰ ਦੇ ਵਿੱਚ ਤਾਂ ਇੱਥੇ ਲੋਕ ਰੋਂਦੇ ਆਉਂਦੇ ਹੈ ਤੇ ਹੱਸਦੇ ਇੱਥੋਂ ਜਾਂਦੇ ਆ, ਖੁਸ਼ ਸੰਤਨਾ ਸ੍ਰੀ ਵਾਹ। ਤੁਹਾਡੇ ਦਰਸ਼ਨ ਕਰਦਿਆਂ ਸਾਰ ਹੀ ਤਨ ਮਨ ਹੋਏ ਨਿਹਾਲ, ਜਾਂ ਗੁਰੂ ਦੇਖਾਂ ਸਾਹਮਣੇ। ਜਦੋਂ ਗੁਰੂ ਨੂੰ ਕੋਈ ਸਾਹਮਣੇ ਦੇਖ ਲੈਂਦਾ, ਤੱਕ ਲੈਂਦਾ, ਵੇਖ ਲੈਂਦਾ, ਉਹਦਾ ਤਨ ਮਨ ਜਿਹੜਾ ਉਹ ਨਿਹਾਲ ਹੋ ਜਾਂਦਾ, ਸੰਤਨਾ ਸ੍ਰੀ ਵਾਹ। ਸਾਧ ਸੰਗਤ ਜੀ ਇੱਕ ਬੇਨਤੀ ਮੈਂ ਹਮੇਸ਼ਾ ਕਰਦਾ ਹੁੰਦਾ ਤੇ ਤਕਰੀਬਨ ਕਰਦਾ ਰਹਿੰਦਾ, ਤੁਹਾਡੇ ਚੋਂ ਜਿਨ੍ਹਾਂ ਨੇ ਘਰਾਂ ਦੇ ਵਿੱਚ ਵੀ ਜੇ ਸਤਿਗੁਰੂ ਜੀ ਦਾ ਪ੍ਰਕਾਸ਼ ਕੀਤਾ ਨਾ, ਗੁਰੂ ਸਾਹਿਬ ਦਾ ਪ੍ਰਕਾਸ਼ ਐਸਾ ਆਲੀਸ਼ਾਨ ਹੋਏ ਕਿ ਜਦੋਂ ਤੁਸੀਂ ਅੰਦਰ ਵੜੋ ਔਰ ਕਿਸੇ ਦੂਸਰੇ ਨੂੰ ਲੈ ਕੇ ਜਾਓ, ਵੇਖ ਕੇ ਪਤਾ ਲੱਗ ਜਾਵੇ ਵੀ ਇਹ ਕੁੱਲ ਦੁਨੀਆਂ ਦੇ ਮਾਲਕ ਦਾ ਕਮਰਾ ਇਹ ਆ, ਖੁਸ਼ ਸਤਨਾਮ ਸ੍ਰੀ ਵਾਹ। ਜਿਵੇਂ ਤੁਸੀਂ ਇੱਥੇ ਦਰਸ਼ਨ ਕਰਦੇ ਹੋ, ਜਿਵੇਂ ਇੱਥੇ ਵੇਖਦੇ ਹੋ, ਇੱਕ ਵਾਰ ਮਨ ਵਿੱਚ ਠੰਡਕ ਮਹਿਸੂਸ ਹੁੰਦੀ ਹੈ। ਕੋਈ 2-4 ਮਹੀਨੇ ਹੋ ਗਏ ਬਠਿੰਡੇ ਦੇ ਕਿਸੇ ਏਰੀਏ ਵਿੱਚ ਸਮਾਗਮ ਸੀ, ਬਹੁਤ ਵੱਡਾ ਸਮਾਗਮ, 15-20 ਹਜ਼ਾਰ ਦੇ ਕਰੀਬ ਸੰਗਤ ਹੋਏਗੀ।
ਪਰ ਗੁਰੂ ਸਾਹਿਬ ਵੱਲ ਜੇ ਵੇਖੀਏ ਤਾਂ ਮਹਾਰਾਜ ਦਾ ਉੱਥੇ ਕੋਈ ਸਤਿਕਾਰ ਨਹੀਂ ਸੀ ਅੱਖ ਸਾਹਿਬ ਛੋਟਾ ਜਿਹਾ ਬੀੜਾ ਸਾਹਿਬ ਚੰਦੋਲਾ ਸਾਹਿਬ ਕਿਸੇ ਪਾਸੇ ਨੂੰ ਜਾਂਦਾ ਹੈ, ਰੁਮਾਲਾ ਸਾਹਿਬ ਕਿਸੇ ਪਾਸੇ ਨੂੰ ਜਾਂਦਾ ਹੈ। ਸਾਡੇ ਮਨ ਵਿੱਚ ਫੀਲਿੰਗ ਹੋਈ ਕਿ 10-20 ਹਜ਼ਾਰ ਬੰਦੇ ਨੇ ਜੇ ਆਉਣਾ ਹੈ ਤੇ ਭਾਵੇਂ ਇੱਕ ਜਣੇ ਨੇ ਆਉਣਾ ਅੱਖ ਸਾਹਿਬ ਦਾ। ਗੁਰੂ ਸਾਹਿਬ ਦਾ ਜਿਹੜਾ ਆਸਣ ਹੈ ਪੂਰਾ 5.5-6 ਫੁੱਟ ਪੂਰਾ ਵੱਡਾ ਤਖ਼ਤ ਹੋਏ ਅੱਖ ਸਾਹਿਬ ਦਾ, ਔਰ ਉਹਦੇ ਤੇ ਜਿਹੜੇ ਮਹਾਰਾਜ ਦੇ ਬਸਤਰ ਲੱਗੇ ਹੋਣ ਨਾ, ਇਹ ਖਿਆਲ ਰੱਖਣਾ ਕਿ ਜਿਹੜੇ ਤੁਸੀਂ ਪਾਏ ਹੋਏ ਹੈ ਨਾ ਉਹਦੇ ਨਾਲੋਂ ਸੁਪੀਰੀਅਰ ਹੋਣ, ਉਹਦੇ ਨਾਲੋਂ ਵਧੀਆ ਹੋਣ ਅੱਖ ਸਾਹਿਬ ਦਾ। ਇਹ ਤਾਂ ਨਹੀਂ ਵੀ ਆਪਾਂ ਪਾਈ ਫਿਰੀਏ 700-800 ਰੁਪਏ ਮੀਟਰ ਤੇ ਗੁਰੂ ਸਾਹਿਬ ਵੀ ਆਪਾਂ ਕਹੀਏ ਵੀ 200-400 ਦਾ ਪੂਰਾ ਸੈਟੀ ਦੇ ਦੇ ਅੱਖ ਸਾਹਿਬ ਦਾ। ਆਪਣਾ ਕੀ ਹੈ, ਇਹ ਤਨ ਗੰਦਗੀ ਦੀ ਕੋਠੜੀ, ਇਹ ਤਾਂ ਗੰਦਗੀ ਦਾ ਘਰ ਹੈ ਅੱਖ ਸਾਹਿਬ ਦਾ। ਇਹਨੂੰ ਚਾਹੇ ਤੁਸੀਂ ਜਿਵੇਂ ਦਾ ਮਰਜ਼ੀ ਪਾ ਲਓ, ਇਹਨੇ ਐਵੇਂ ਦਾ ਹੀ ਰਹਿਣਾ, ਔਰ ਇੱਕ ਦਿਨ ਇਹਨੇ ਸੜ ਕੇ ਸਵਾਹ ਹੋ ਜਾਣਾ। ਪਰ ਕੁੱਲ ਦੁਨੀਆ ਦਾ ਮਾਲਕ ਪੜ੍ਹਦੇ ਹੋ ਨਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ, ਇਹਨੇ ਸਦਾ ਹੀ ਰਹਿਣਾ ਅੱਖ ਸਾਹਿਬ। ਇਹਨਾਂ ਲਈ ਜਦੋਂ ਤੁਸੀਂ ਵਸਤਰ ਲੈਣ ਲੱਗੋ ਦਿਲ ਖੋਲਦਿਆ ਕਰੋ ਅੱਖ ਸਾਹਿਬ। ਅਸੀਂ ਉੱਥੇ ਨਵਾਂ ਨਵਾਂ ਸਥਾਨ ਬਣਾਉਂਦੇ ਸੀ, ਮੇਰੇ ਮਨ ਵਿੱਚ ਆਇਆ ਵੀ ਆਪਾਂ ਗੁਰੂ ਸਾਹਿਬ ਦੇ ਜਿਹੜੇ ਬਰਤਨ ਹੈ ਨਾ ਇਹ ਸੋਹਣੇ ਤੋਂ ਸੋਹਣੇ ਲਈਏ। ਨਵਾਂ ਨਵਾਂ ਜਿਹਾ ਜੋ ਸਥਾਨ ਸ਼ੁਰੂ ਕੀਤਾ ਸੀ, ਬਿਲਡਿੰਗ ਵੀ ਬਣ ਰਹੀ ਸੀ, ਖਰਚੇ ਵੀ ਬਹੁਤ ਜ਼ਿਆਦਾ ਸੀ, ਤਾਂ ਜਿਹੜੀ ਥਾਲੀ ਮਹਾਰਾਜ ਲਈ ਮੈਨੂੰ ਪਸੰਦ ਆਈ, ਤੁਹਾਡੀ ਭਾਵਨਾ ਤੁਸੀਂ ਚਾਂਦੀ ਦੀ ਬਣਾਓ ਸੋਨੇ ਦੀ ਬਣਾਓ ਅੱਖ ਸਾਹਿਬ ਨਾਲ, ਉਹ ਕੋਈ 2100-2500 ਦੀ ਹੋਈ। ਹੋਰ ਵੀ ਬਰਤਨ ਸੀ ਨਾਲ, ਮੇਰੇ ਨਾਲ ਇੱਕ ਸੀ ਕਹਿੰਦਾ ਜੀ ਲੈਂਟਰ ਪੈ ਲੈਣ ਦੀਏ ਫਿਰ ਲੈ ਲਵਾਂਗੇ। ਮੈਂ ਕਿਹਾ ਜੇ ਇਹ ਭਾਂਡੇ ਅੱਜ ਛੱਡਤੇ ਤਾਂ ਸੱਜਣਾ ਲੈਂਟਰ ਨਹੀਂ ਪੈਂਦਾ ਅੱਖ ਸਾਹਿਬ ਦਾ, ਆ ਲੈ ਚੱਲ ਲੈਂਟਰ ਲੁੰਟਰ ਕਿਵੇਂ ਪੈ ਜਾਣਗੇ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਅੱਖ ਸਾਹਿਬ ਦਾ। ਗੁਰੂ ਸਾਹਿਬ ਲਈ ਕੁਝ ਲੈਣਾ ਹੈ ਕਦੇ ਸੋਚਾਂ ਵਿੱਚ ਵਿਚਾਰਾਂ ਵਿੱਚ ਨਾ ਪਵੋ ਅੱਖ ਸਾਹਿਬ ਦਾ। ਖੈਰ ਸਮਾਂ ਹੋ ਜਾਏਗਾ ਜੇ ਜ਼ਿਆਦਾ ਡਿਟੇਲ ਵਿੱਚ ਗਏ। ਸਤਿਗੁਰੂ ਗੋਬਿੰਦ ਰਾਏ ਜੀ ਬੇਨਤੀ ਕਰਦੇ ਹੈ, ਮਾਲਕ ਤੁਹਾਡਾ ਦਰ ਐਸਾ ਹੈ, ਤਨ ਮਨ ਹੋਏ ਨਿਹਾਲ ਜਾਂਗੁਰ ਦੇਖਾਂ ਸਾਹਮਣੇ। ਇੱਥੇ ਤਾਂ ਅੰਦਰ ਵੜ ਕੇ ਹੀ ਅਗਲਾ ਨਿਹਾਲ ਹੋ ਜਾਂਦਾ ਹੈ, ਮਹਾਰਾਜ ਜੀ ਕਿਉਂ ਰੋ ਰਹੇ ਨੇ ਅੱਖ ਸਾਹਿਬ ਦਾ। ਸਤਿਗੁਰੂ ਕਹਿੰਦੇ ਆ ਬੇਟਾ ਇਹਨਾਂ ਦਾ ਜਿਹੜਾ ਧਰਮ ਹੈ ਇਹ ਸੰਕਟ ਦੇ ਵਿੱਚ ਹੈ। ਔਰੰਗਜ਼ੇਬ ਰੋਜ਼ 1.25 ਬਣ ਜਨੇਊ ਲਾ ਕੇ ਇੰਨੇ ਕਸ਼ਮੀਰੀ ਪੰਡਿਤਾਂ ਨੂੰ ਮਾਰ ਕੇ ਮੁਕਾ ਕੇ ਫਿਰ ਪ੍ਰਸ਼ਾਦਾ ਛਕਦਾ ਅੱਖ ਸਾਹਿਬ ਦਾ। ਮਹਾਰਾਜ ਜੀ ਦਾ ਕੋਈ ਹੱਲ, ਕੋਈ ਸਮੇਂ ਦਾ ਅਵਤਾਰ ਪੀਰ ਪੈਗੰਬਰ ਬਲੀ ਲੌਲੀਆ ਆਪਣੀ ਸ਼ਹਾਦਤ ਦਵੇ ਤਾਂ ਇਹਨਾਂ ਤੇ ਜਿਹੜੇ ਜ਼ੁਲਮ ਹੋ ਰਹੇ ਹੈ ਉਹਨਾਂ ਨੂੰ ਠੱਲ ਪੈ ਸਕਦੀ ਹੈ, ਉਹ ਬੰਦ ਹੋ ਸਕਦੀ ਹੈ। 9 ਸਾਲ ਦੀ ਉਮਰ ਵਿੱਚ ਕਹਿ ਦਿੱਤਾ, ਫਿਰ ਤੁਹਾਡੇ ਤੋਂ ਵੱਡਾ ਇਸ ਦੁਨੀਆਂ ਤੇ ਕੌਣ ਹੈ ਅੱਖ ਸਾਹਿਬ ਦਾ। ਸਤਿਗੁਰੂ ਜੇ ਇਹਨਾਂ ਦਾ ਡੁੱਬਦਾ ਧਰਮ ਬਚਦਾ ਹੈ ਤਾਂ ਤੁਸੀਂ ਬਚਾ ਲਓ, ਬੇਟਾ ਤੂੰ ਅਨਾਥ ਹੋ ਜਾਏਗਾ, ਤੂੰ ਪਿਤਾ ਕਿਹਨੂੰ ਕਹੇਗਾ। ਕੋਈ ਗੱਲ ਨਹੀਂ, ਜੇ ਇੱਕ ਗੋਬਿੰਦ ਰਾਏ ਦੇ ਪਿਤਾ ਦੇ ਬਲੀਦਾਨ ਦੇ ਨਾਲ ਇਹ ਕਸ਼ਮੀਰੀ ਪੰਡਿਤਾਂ ਦੇ ਇਹਨਾਂ ਬੱਚਿਆਂ ਦੇ ਪਿਤਾ ਮਾਤਾ ਸਲਾਮਤ ਰਹਿੰਦੇ ਹੈ ਤਾਂ ਮੈਨੂੰ ਕੋਈ ਗੱਲ ਨਹੀਂ ਅੱਖ ਸਾਹਿਬ ਦਾ। ਇਹਨਾਂ ਦਾ ਧਰਮ ਤੁਸੀਂ ਬਚਾ ਲਓ ਅੱਖ ਸਾਹਿਬ ਦਾ। ਸਤਿਗੁਰੂ ਜੀ ਦਿੱਲੀ ਵੱਲ ਨੂੰ ਫਿਰ ਚੱਲ ਪਏ ਅੱਖ ਸਾਹਿਬ ਦਾ। ਸਤਿਗੁਰ ਕਰ ਅਰਦਾਸਾ ਚੱਲ ਪੈ ਡੁੱਬਦਾ ਧਰਮ ਬਚਾਵਣ ਲਈ, ਸਤਿਗੁਰ ਕਰ ਅਰਦਾਸਾ ਚੱਲ ਪੈ ਡੁੱਬਦਾ ਧਰਮ ਬਚਾਵਣ ਲਈ, ਸਤਿਗੁਰ ਕਰ ਅਰਦਾਸਾ ਚੱਲ ਪੈ ਡੁੱਬਦਾ ਧਰਮ ਬਚਾਵਣ ਲਈ, ਸਤਿਗੁਰ ਕਰ ਅਰਦਾਸਾ ਚੱਲ ਪੈ ਪ੍ਰਭਾ ਕਰ ਮਨ ਚਾਵਣ ਲਈ।
ਬਚਦਾ ਤੇ ਬਚਾ ਲਓ ਆਖ ਸਭਨਾ। ਸਤਿਗੁਰੂ ਜੀ ਦਿੱਲੀ ਵੱਲ ਨੂੰ ਚਲੇ ਗਏ, ਚਾਂਦਨੀ ਚੌਂਕ ਵਿਖੇ ਸ਼ਹਾਦਤ ਹੁੰਦੀ ਆ ਕੋ ਸਤਨਾਮ। ਉਸ ਤੋਂ ਪਹਿਲਾਂ ਔਰੰਗਜ਼ੇਬ ਨਾਲ ਕਈ ਸਵਾਲ ਜਵਾਬ ਹੁੰਦੇ ਨੇ। ਸੰਖੇਪ ਦੇ ਵਿੱਚ ਕਿਉਂ, ਕਿਉਂਕਿ ਮੈਂ ਖਾਲਸਾ ਸਾਜਨਾ ਦੇ ਵਿਸ਼ੇ 'ਤੇ ਆਉਣਾ, ਥੋੜ੍ਹਾ ਜਿਹਾ ਬੈਕਗ੍ਰਾਊਂਡ। ਔਰੰਗਜ਼ੇਬ ਕਹਿੰਦਾ ਕਿ ਮੈਂ ਹਿੰਦੂ ਧਰਮ ਖਤਮ ਕਰਕੇ ਕੇਵਲ ਇੱਕ ਇਸਲਾਮ ਮਤ ਇਸ ਦੁਨੀਆ 'ਤੇ ਰਹਿਣ ਦੇਣਾ, ਖੁਸ਼ਹਾਲ ਦੋ ਤੋਂ ਮੈਂ ਇੱਕ ਕਰਨਾ। ਇਤਿਹਾਸ ਵਿੱਚ ਲਿਖਿਆ ਕਿ ਮਹਾਰਾਜ ਸਾਹਿਬ ਕੁਝ ਕਾਲੀਆਂ ਮਿਰਚਾਂ ਮੰਗਵਾਉਂਦੇ ਆ, ਕਾਲੀਆਂ ਮਿਰਚਾਂ ਨੂੰ ਅੱਗ ਲਾ ਦਿੱਤੀ, ਕਹਿੰਦੇ ਹੁਣ ਦੇਖ ਇਹਦੇ ਵਿੱਚ ਕਿੰਨੀਆਂ ਰਹਿ ਗਈਆਂ, ਸਾਰੀਆਂ ਸੜ ਗਈਆਂ, ਵਿੱਚੋਂ ਤਿੰਨ ਰਹਿ ਗਈਆਂ, ਖੁਸ਼ਹਾਲ ਕਹਿੰਦੇ ਇੱਥੇ ਇੱਕ ਤੀਸਰ ਪੰਥ ਚੱਲੇਗਾ। ਤੂੰ ਕਹਿਣਾ ਮੈਂ ਦੋ ਤੋਂ ਇੱਕ ਕਰਨੀ ਹੈ, ਇਹ ਦੋ ਤੋਂ ਤਿੰਨ ਹੋਣਗੇ ਆਖੋ ਸਤਨਾਮ। ਚਾਂਦਨੀ ਚੌਂਕ ਸ਼ਹਾਦਤ ਹੁੰਦੀ ਹੈ। ਭਾਈ ਜੈਤਾ ਜੀ ਸਤਿਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਦੇ, ਮਹਾਰਾਜ ਜੀ ਘੁੱਟ ਕੇ ਛਾਤੀ ਨਾਲ ਲਾ ਕੇ ਪੁੱਛਦੇ, ਜੈਤਿਆ ਇੱਕ ਗੱਲ ਦੱਸ, ਜਦੋਂ ਪਿਤਾ ਗੁਰਦੇਵ ਜੀ ਦੀ ਸ਼ਹਾਦਤ ਹੁੰਦੀ ਹੈ ਤਾਂ ਉੱਥੇ ਕਿੰਨੀ ਕੁ ਲੋਕਾਈ ਸੀ, ਦੁਨੀਆਂ ਕਿੰਨੀ ਸੀ? ਮਹਾਰਾਜ ਬਹੁਤ ਦੁਨੀਆਂ ਸੀ, ਬੜੇ ਲੋਕ ਸਨ, ਬੜੀਆਂ ਅੱਖਾਂ ਸਨ, ਜਿਨ੍ਹਾਂ ਦੇ ਵਿੱਚੋਂ ਹੰਝੂ ਚੱਲ ਰਹੇ ਸੀ ਅੱਖ ਸਤਨਾਮ, ਬਹੁਤ ਸਨ ਜਿਨ੍ਹਾਂ ਦੇ ਨੇਤਰ ਸਜਲ ਸਨ। ਇਹ ਦੱਸ ਸਿੱਖ ਕਿੰਨੇ ਕੁ ਸੀ? ਮਹਾਰਾਜ ਸਾਹਿਬ ਇਹ ਨਹੀਂ ਪਤਾ, ਸਤਿਗੁਰੂ ਜੀ ਇਹ ਨਹੀਂ ਪਤਾ, ਪਰ ਜਿਵੇਂ ਹੀ ਸਮਾਂ ਬਣਿਆ ਮੈਂ ਸਤਿਗੁਰੂ ਜੀ ਦੇ ਸੀਸ ਨੂੰ ਸੰਭਾਲਿਆ ਔਰ ਮਹਾਰਾਜ ਸਾਹਿਬ ਜੀ ਦੇ ਧੜ ਨੂੰ, ਭਾਈ ਮਨੀ ਸਿੰਘ ਜੀ ਦੇ ਰਿਸ਼ਤੇ ਵਿੱਚੋਂ ਸਹੁਰੇ ਲੱਗਦੇ ਸਨ ਭਾਈ ਲੱਖੀ ਸ਼ਾਹ ਬਣਜਾਰਾ ਖੁਸ਼ਹਾਲ, ਉਹਨਾਂ ਨੇ ਧੜ ਨੂੰ ਸੰਭਾਲਿਆ। ਮੈਂ ਸਤਿਗੁਰੂ ਜੀ ਸੀਸ ਲੈ ਕੇ ਆਪ ਜੀ ਦੇ ਚਰਨਾਂ ਵਿੱਚ, ਪਰ ਉੱਥੇ ਸਿੱਖ ਕਿੰਨੇ ਕੁ ਸੀ? ਮਹਾਰਾਜ ਸਾਹਿਬ ਇਹ ਦੱਸਣਾ ਬਹੁਤ ਮੁਸ਼ਕਲ ਹੈ ਕੋ ਸਤਨਾਮ। ਮਹਾਰਾਜ ਫਿਰ ਉਦੋਂ ਬਚਨ ਕਰਦੇ ਹੈ ਕਿ ਵੀ ਜੈਤਿਆ ਇੱਕ ਐਸਾ ਪੰਥ ਸਜਾਵਾਂਗਾ ਚਿੜੀਆਂ ਤੋਂ ਬਾਜ
ਖੜਾ ਹੋਇਆ ਨਜ਼ਰ ਆਏਗਾ ਆਪਕੋ ਸਤਨਾਮ ਤੁਸੀਂ ਦੇਖ ਲਓ ਹੁਣ ਭਾਵੇਂ ਇਸ ਇਲਾਕੇ ਵਿੱਚ ਗਿਣਤੀ ਵਿੱਚ ਘੱਟ ਹੋ ਪਰ ਵੇਖ ਕੇ ਪਤਾ ਲੱਗ ਜਾਂਦਾ ਆਪਕੋ ਸਤਨਾਮ ਦੇਖ ਕੇ ਪਤਾ ਲੱਗ ਜਾਂਦਾ ਉਹ ਗੁਰੂ ਕਾ ਸਿੱਖ ਦਰਿਆ ਆਉਂਦਾ ਆਪਕੋ ਸਤਨਾਮ ਮਹਾਰਾਜ ਜੀ ਨੇ ਇੱਕ ਐਸੀ ਯੂਨੀਕ ਆਈਡੈਂਟੀਟੀ ਦੇ ਦਿੱਤੀ ਇੱਕ ਐਸੀ ਪਹਿਚਾਣ ਦੇ ਦਿੱਤੀ ਲੈ ਵੀ ਜੇ ਤੇ ਲੱਖਾਂ ਦੇ ਵਿੱਚ ਖੜਾ ਹੋਇਆ ਵੀ ਨਜ਼ਰ ਆਏਗਾ ਆਖੋ ਸਤਨਾਮ ਸ੍ਰੀ ਵਾਹ ਉਸ ਦਿਨ ਤੋਂ ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਹਿਰ ਗੰਭੀਰ ਮਨ ਦੇ ਵਿੱਚ ਇੱਕ ਤਾਂਗ ਹੈ ਕਿ ਇੱਕ ਅਲੱਗ ਰੂਪ ਦਿੱਤਾ ਜਾਏ ਕਿਸੇ ਤਰੀਕੇ ਨਾਲ ਜਿਹੜੇ ਲੋਕ ਕਹਿੰਦੇ ਸੀ ਨੰਗੀ ਕਦ ਕਬੂ ਨਹੀਂ ਪਕੜੀ ਕਾਮ ਹਮਾਰਾ ਤੋਲਣ ਤਕੜੀ ਚਿੜੀ ਉੜੇ ਡਰ ਸੇ ਮਰ ਜਾਏ ਦੁਸ਼ਮਨ ਸੇ ਕੈਸੇ ਲੜ ਪਾਏ ਜਿਹੜੇ ਕਹਿੰਦੇ ਸੀ ਚਿੜੀ ਉੜੇ ਤਾਂ ਸਾਡੀ ਜਾਨ ਨਿਕਲ ਜਾਂਦੀ ਹੈ ਦੁਸ਼ਮਣ ਨਾਲ ਅਸੀਂ ਕਿਵੇਂ ਲੜੀਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਨੇ ਕਹਿਣਾ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਕਹਿੰਦੇ ਇਹਨਾਂ ਨੂੰ ਸਰਦਾਰ ਬਣਾਉਣਾ ਖੁਸ਼ਖਤਾ ਇਹਨਾਂ ਦੇ ਅੰਦਰ ਇੱਕ ਸਪਿਰਤ ਭਰਨੀ ਹੈ ਇੱਕ ਅਣਖ ਪੈਦਾ ਕਰਨੀ ਹੈ ਆਪਕੋ ਸਤਨਾਮ ਸਤਨਾਮ ਫਿਰ 1699 ਦੀ ਵਿਸਾਖੀ 30 ਮਾਰਚ ਦਿਨ ਸ਼ਨੀਵਾਰ ਆਪਕੋ ਸਤਨਾਮ ਇੱਕ ਜਿਵੇਂ ਪਹਿਲਾਂ ਤੁਸੀਂ ਦੇਖਦੇ ਸੀ 13 ਅਪ੍ਰੈਲ ਦੀ ਹੁੰਦੀ ਸੀ ਆਪਣੇ ਦੇਖਦੇ ਦੇਖਦੇ 14 ਦੀ ਹੋ ਗਈ ਹੋਰ ਅੱਗੇ ਕੁਝ ਸਾਲਾਂ ਤੱਕ 15 ਅਪ੍ਰੈਲ ਨੂੰ ਹੋ ਜਾਏਗੀ ਤਾਂ ਉਸ ਸਮੇਂ ਜਿੱਦਣ ਮਹਾਰਾਜ ਸਾਹਿਬ ਨੇ ਖਾਲਸਾ ਸਜਾਇਆ ਸੀ ਉਦਣ ਸੀ 30 ਮਾਰਚ ਸ਼ਨੀਵਾਰ ਦੂਰ ਦੂਰ ਸੁਨੇਹੇ ਭੇਜ ਦਿੱਤੇ ਵੀ ਇਸ ਵਾਰ ਮਾਖੋਵਾਲ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡਾ ਇਕੱਠ ਹੈ ਬੜੀ ਭਾਰੀ ਵਿਸਾਖੀ ਮਨਾਈ ਜਾਏਗੀ ਆਪ ਸਤਨਾਮ ਸ੍ਰੀ ਵਾਹ ਤੁਸੀਂ ਇਹ ਦੇਖੋ ਉਸ ਸਮੇਂ ਜਦੋਂ ਕੋਈ ਮੀਡੀਆ ਦਾ ਯੁੱਗ ਨਹੀਂ ਉਸ ਸਮੇਂ 80,000 ਦਾ ਇਕੱਠ ਹੋ ਜਾਣਾ ਇਹ ਕਿੱਡੀ ਵੱਡੀ ਗੱਲ ਹੈ ਆਪਕੋ ਸਤਨਾਮ ਕਿੱਡੀ ਵੱਡੀ ਗੱਲ ਹੈ ਕੋਈ ਕਾਬਲ ਤੋਂ ਕੋਈ ਕੰਧਾਰ ਤੋਂ ਕੋਈ ਅਫਗਾਨ ਤੋਂ ਕਿੱਥੋਂ ਕਿੱਥੋਂ ਸਿੱਖ ਸੰਗਤਾਂ ਆ ਕੇ ਇਕੱਠੀਆਂ ਹੋ ਗਈਆਂ ਬਹੁਤ ਵੱਡਾ ਸ਼ਾਮਿਆਨੇ ਲੱਗੇ ਹੋਏ ਹੈ ਮਹਾਰਾਜ ਸਾਹਿਬ ਜੀ ਨੇ ਰਬਾਬੀ ਭਾਈ ਮਨਸੇ ਨੂੰ ਬੁਲਾਇਆ ਲੈ ਬਈ ਮਨਸਾ ਸਿਆ ਅੱਜ ਕੀਰਤਨ ਢਿੱਲਾ ਨਾ ਕਰੀ ਆਪਕੋ ਸਤਨਾਮ ਜਿਵੇਂ ਧੰਨ ਬਾਬਾ ਆਨੰਦ ਸਿੰਘ ਸਾਹਿਬ ਬਚਨ ਕਰਿਆ ਕਰਦੇ ਸੀ ਨਾ ਜਦੋਂ ਕਿਸੇ ਨੇ ਤਬਲਾ ਢਿੱਲਾ ਵਜਾਉਣਾ ਉਹਨਾਂ ਨੇ ਕਹਿਣਾ ਜ਼ੋਰ ਦੀ ਵਜਾ ਸਾਜ ਆਖੋ ਸਤਨਾਮ ਖਿੱਚ ਕੇ ਕਹਿੰਦੇ ਜਿੰਨੀ ਜ਼ੋਰ ਦੀ ਵਜਾਏਗਾ ਕੱਲ ਯੁੱਗ ਉਹਨਾਂ ਤੇਰੇ ਤੋਂ ਦੂਰ ਭੱਜੇਗਾ ਆਖੋ ਸਤਨਾਮ ਢਿੱਲਾ ਕੀਰਤਨ ਨਹੀਂ ਮਹਾਰਾਜ ਸਾਹਿਬ ਵੀ ਕਹਿੰਦੇ ਹੈ ਅੱਜ ਮੋਇਆਂ ਦੇ ਵਿੱਚ ਜਾਨਾਂ ਪਾਉਣ ਵਾਲਾ ਕੀਰਤਨ ਕਰੀ ਆਪਕੋ ਸਤਨਾਮ ਭਾਈ ਮਨਸੇ ਨੇ ਰਬਾਬ ਛੇੜੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਵੀ ਆਹ ਦਰ ਤੇ ਆ ਰਹੇ ਜਿਉਣ ਦੀ ਆਸ ਛੱਡਦੇ ਹੋ ਸਭਨਾ ਕੀ ਰੇਣੂਕਾ ਤੋ ਆਓ ਹਮਾਰੇ ਪੜ੍ਹ ਰਹੇ ਹੈ ਜੋ ਤੋ ਪ੍ਰੇਮ ਖਿਲਣ ਕਾ ਜਾਓ ਸਿਰ ਤਰ ਤਲੀ ਆਹ ਜਿਹੜੀ ਗਲੀ ਹੈ ਨਾ ਜਿਹਦੇ ਵਿੱਚ ਆਉਣਾ ਹੈ ਤਾਂ ਸਿਰ ਤਲੀ ਤੇ ਧਰ ਕੇ ਆਈ ਆਖੋ ਸਤਨਾਮ ਪੜ੍ਹਦੇ ਹੁੰਦੇ ਆ ਨਾ
ਸਿਰ ਤਲੀ ਤੇ ਧਰ ਕੇ ਲੰਘਣਾ ਜੋ ਪ੍ਰੇਮ ਦੀ ਗਲੀ ਸਿਰ ਕੀਰਤਨ ਦੀ ਜਿਵੇਂ ਸਮਾਪਤੀ ਹੋਈ ਸਤਿਗੁਰੂ ਮਹਾਰਾਜ ਉਸ ਸਟੇਜ ਦੇ ਉੱਤੇ ਉਸ ਥੜੇ ਦੇ ਉੱਤੇ ਆ ਕੇ ਖੜ ਗਏ ਜਿੱਥੇ ਹੁਣ ਕੇਸਗੜ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਹੁੰਦੇ ਆ ਸਤਨਾਮ ਸ੍ਰੀ ਵਾਹ ਉਸ ਜਗ੍ਹਾ ਤੇ ਆ ਕੇ ਖੜ ਗਏ ਅੱਗੇ ਸਾਰਾ ਨਿਵਾਣ ਹੁੰਦਾ ਸੀ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ 80,000 ਦਾ ਇਕੱਠ ਉੱਥੇ ਸੰਗਤਾਂ ਸਜੀਆਂ ਹੋਈਆਂ ਖੁਸ਼ਬੂਦਾਰ ਸ੍ਰੀ ਵਾਹਿਗੁਰੂ ਮਹਾਰਾਜ ਸਾਹਿਬ ਜੀ ਦੇ ਹੱਥ ਵਿੱਚ ਸ਼ਮਸ਼ੀਰ ਹੈ ਨੰਗੀ ਸ਼੍ਰੀ ਸਾਹਿਬ ਬਣੀ ਹੋਈ ਹੈ ਇੱਕਦਮ ਗਰਜਵੀ ਆਵਾਜ਼ ਦੇ ਵਿੱਚ ਹੈ ਕੋਈ ਗੁਰੂ ਬੇਟਾ ਜੋ ਕਰੇ ਸੀਸ ਭੇਟਾ ਵੀ ਤੁਹਾਡੇ ਵਿੱਚ ਹੈ ਕੋਈ ਐਸਾ ਜਿਹੜਾ ਆਪਣਾ ਸੀਸ ਭੇਟ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੀਸ ਭੇਟ ਕਰੇ ਕੋਈ ਮੈਨੂੰ ਉੱਠੋ ਕੋਈ ਸਿੰਘ ਸੂਰਮਾ ਕੋਈ ਸਿਵ ਸੂਰਮਾ ਕਰੇ ਸੀਸ ਭੇਟ ਕਰੇ
ਗੁਰੂ ਨਾਨਕ ਸਾਹਿਬ ਤੋਂ ਜਿਹੜੀ ਇੱਕ ਚਾਲ ਚੱਲੀ ਗੋਬਿੰਦ ਦੇ ਵਿੱਚ ਆ ਕੇ ਲੀਨ ਹੋ ਜਾਣਾ ਸੀ ਆਪਣੇ ਸਤਿਨਾਮ ਨਾਨਕ ਲੀਨ ਭਇਓ ਗੋਬਿੰਦ ਸੰਗ ਪਹਿਲਾਂ ਹੀ ਆ ਗਿਆ ਸੀ ਨਾ ਨਾਮ ਫਿਰ ਵੇਖੋ ਦਸਵੇਂ ਪਾਤਸ਼ਾਹ ਨੇ ਗੁਰਬਾਣੀ ਵਿੱਚ ਕਿਤੇ ਨਾਨਕ ਸ਼ਬਦ ਨਹੀਂ ਵਰਤਿਆ ਆਪਣੇ ਸਤਿਨਾਮ ਕਿਉਂ ਨਾਨਕ ਲੀਨ ਭਇਓ ਗੋਬਿੰਦ ਸਿੰਘ ਲੀਨ ਹੋ ਗਿਆ ਗੋਬਿੰਦ ਦੇ ਵਿੱਚ ਜੇ ਡੂੰਘੇ ਵਿੱਚ ਉਤਰ ਗਏ ਤਾਂ ਬਹੁਤ ਟਾਈਮ ਲੱਗ ਜਾਣਾ ਆਪਣੇ ਸਤਿਨਾਮ ਕਿਉਂਕਿ ਇਹਨਾਂ ਬਚਨਾਂ ਵਿੱਚ ਡੂੰਘਾਈ ਬਹੁਤ ਹੈ ਜਿੰਨਾ ਤੁਸੀਂ ਡੂੰਘੇ ਉਤਰਦੇ ਜਾਓਗੇ ਓਨੀ ਗਹਿਰਾਈ ਵੀ ਵੱਧਦੀ ਜਾਣੀ ਹੈ ਆਪਣੇ ਸਤਿਨਾਮ ਅੱਜ ਕੁਝ ਨਵਾਂ ਹੁੰਦਾ ਮਾਤਾ ਜੀ ਨੂੰ ਪਤਾ ਸੀ ਜੈਸੇ ਕੇਲੇ ਕੇ ਪਾਤ ਪਾਤ ਮੇ ਪਾਤ 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 ਮੇ ਪਾਤ ਬ੍ਰਹਮ ਗਿਆਨੀ ਕੀ ਬਾਤ ਬਾਤ ਮੇ ਬਾਤ ਬਾਤ ਮੇ ਬਾਤ ਪਤਾ ਸੀ ਕਿ ਨਾਨਕ ਜੋਤ ਦੇ ਵਾਰਸ ਨੇ ਗੋਬਿੰਦ ਰਾਏ ਜੀ ਆਖ ਸਤਨਾਮ ਮਾਂ ਜੀ ਕਹਿੰਦੇ ਆ ਕੋਈ ਨੀ ਵੇਖੋ ਜਦ ਤੀਸਰੀ ਵਾਰ ਜਦੋਂ ਆਵਾਜ਼ ਮਾਰੀ ਵੇਖਦਿਆਂ ਵੇਖਦਿਆਂ ਪੰਡਾਲ ਵਿੱਚ ਬੰਦਾ ਇੱਕ ਖਲੋ ਗਿਆ ਆਖ ਸਤਨਾਮ ਤੀਜੀ ਵਾਰ ਜਦੋਂ ਬੋਲੇ ਇੱਕ ਸਿਰ ਚਾਹੀਦਾ ਜਿੱਥੇ ਮੇਰੇ ਵਰਗੇ ਬੁਜ਼ਦਿਲਾਂ ਦੇ ਨਾਲ ਪੰਡਾਲ ਭਰਿਆ ਸੀ ਉੱਥੇ ਕੋਈ ਸੂਰਮਾ ਵੀ ਉੱਠ ਕੇ ਖੜਾ ਹੋ ਗਿਆ ਗੁਰੂ ਦਾ ਪਿਆਰ ਸੀ ਜੀ ਦੇ ਮਨ ਦੇ ਵਿੱਚ ਉਹ ਵੀ ਵਿੱਚ ਬੈਠਾ ਸੀ ਆਖ ਸਤਨਾਮ ਉੱਠ ਕੇ ਆਇਆ ਕੀ ਕਹਿੰਦਾ ਹੈ ਜੀ ਦਇਆ ਰਾਮ ਖੱਤਰੀ ਨਿਵਾਣਾ ਨਾਮ ਮੇਰਾ ਏ ਦਇਆ ਰਾਮ ਖੱਤਰੀ ਨਿਵਾਣਾ ਨਾਮ ਮੇਰਾ ਏ ਨਿਵਾਣਾ ਨਾਮ ਮੇਰਾ ਏ ਦਇਆ ਰਾਮ ਖੱਤਰੀ ਨਿਵਾਣਾ ਨਾਮ ਮੇਰਾ ਏ ਦਇਆ ਰਾਮ ਖੱਤਰੀ
ਨਿਵਾਣੇ ਦਾ ਨਾਮ ਦਇਆ ਰਾਮ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮੇਰਾ ਸਿਰ ਹਾਜ਼ਰ ਹੈ ਦਇਆ ਰਾਮ ਇੱਥੇ ਕੋਈ ਮਖੌਲ ਨਹੀਂ ਹੋ ਰਿਹਾ ਜੇ ਕਿਹਾ ਸਿਰ ਧੜ ਤੋਂ ਜੁਦਾ ਕਰਨਾ ਹੈ ਤੇ ਵਾਕਿਆ ਹੀ ਜੁਦਾ ਕਰਨਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮੇਰੇ ਖਿਆਲ ਜੰਗ ਬਾਣੀ ਪਤਾ ਨਹੀਂ ਪੰਜਾਬ ਕੇਸਰੀ ਇਹਨਾਂ ਦੋਵਾਂ ਚੋਂ ਕਿਸੇ ਇੱਕ ਅਖਬਾਰ ਦੇ ਵਿੱਚ ਅੱਜ ਆਇਆ ਹੈ ਕਿ ਗੁਰੂ ਸਾਹਿਬ ਨੇ ਪੰਜ ਸੀਸ ਨਹੀਂ ਲਏ ਸੀ ਪਿੱਛੇ ਪਸ਼ੂ ਰੱਖੇ ਹੋਏ ਸੀ ਪਸ਼ੂਆਂ ਦੇ ਸਿਰ ਵੱਢੇ ਸੀ ਆਖੋ ਸਤਿਨਾਮ ਫਿਰ ਤੇ ਗੁਰੂ ਨੇ ਧੋਖਾ ਕਰਤਾ ਨਾ ਆਖੋ ਸਤਿਨਾਮ ਗੁਰੂ ਪ੍ਰਗਟ ਹੈ ਤੇ ਗੁਰੂ ਦਾ ਹਰ ਕਰਮ ਵੀ ਪ੍ਰਗਟ ਹੈ ਗੁਰੂ ਓਲਾ ਨਹੀਂ ਰੱਖਦਾ ਪ੍ਰਗਟ ਹੈ ਨਾ ਗੁਰੂ ਤੇ ਗੁਰੂ ਦਾ ਹਰ ਕਰਮ ਵੀ ਪ੍ਰਗਟ ਹੈ ਕਈ ਕਹਿ ਦਿੰਦੇ ਨੇ ਜੀ ਮੁਰਗੇ ਵੱਢਤੇ ਕਈ ਕਹਿ ਦਿੰਦੇ ਨੇ ਬੱਕਰੇ ਵੱਢਤੇ ਹੱਕ ਸੱਤ ਦਾ ਗਿਆਨੀ ਮਾਨ ਸਿੰਘ ਚੌਰ ਕਹਿੰਦੇ ਇੱਡੇ ਪੜ੍ਹੇ ਲਿਖੇ ਬੱਕਰੇ ਕਿੱਥੋਂ ਆ ਗਏ ਵੀ ਪੰਜਾਂ ਦੇ ਵਿੱਚੋਂ ਇੱਕ ਵੀ ਨਾ ਪਿੱਛੋਂ ਬੋਲਿਆ ਹੱਕ ਸੱਤ ਦਾ ਇੱਥੇ ਕਹਿੰਦੇ ਕਿਸੇ ਦੇ ਘਰੇ ਪ੍ਰਾਹੁਣਾ ਆ ਜਾਵੇ ਨਾ ਤੁਹਾਡੇ ਇੱਥੇ ਦਾ ਪਤਾ ਨਹੀਂ ਪਰ ਪਿੰਡਾਂ ਦੀ ਪ੍ਰਾਹੁਣਾਚਾਰੀ ਇਹ ਹੁੰਦੀ ਹੈ ਵੀ ਕੁੱਕੜ ਫੜ ਲਓ ਅੱਖ ਸਤਿਨਾਮ ਕਹਿੰਦੇ ਫਿਰ ਸਾਰਾ ਟੱਬਰ ਕੁੱਕੜ ਦੇ ਪਿੱਛੇ ਹੁੰਦਾ ਕੁੱਕੜ ਕਦੇ ਧਰੇਕ ਤੇ ਹੈ ਕਦੇ ਦਰਖਤ ਤੇ ਹੈ ਕਦੇ ਥੱਲੇ ਹੈ ਆਂਢੀਆਂ ਗੁਆਂਢੀਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਅੱਜ ਕੁੱਕੜ ਬਣਾਉਣਾ ਅੱਖ ਸਤਿਨਾਮ ਇੱਕ ਕੁੱਕੜ ਦਾ ਸਾਰੇ ਮਹੱਲੇ ਨੂੰ ਪਤਾ ਲੱਗ ਜਾਂਦਾ ਕਹਿੰਦੇ ਪੰਜ ਬੱਕਰੇ ਪੰਜ ਪਸ਼ੂ ਵੱਢ ਕੇ ਉਹਨਾਂ ਚ ਕੋਈ ਵੀ ਨਾ ਬੋਲਿਆ ਅੱਖ ਸਤਿਨਾਮ ਪਰ ਨਹੀਂ ਜੇ ਮੈਨੂੰ ਐ ਲੱਗਦਾ ਨਾ ਵੀ ਮੈਂ ਬੰਦਾ ਮਾਰ ਕੇ ਜਿਉਂਦਾ ਨਹੀਂ ਕਰ ਸਕਦਾ ਤੇ ਮੇਰੇ ਵਰਗੇ ਮੂਰਖ ਨੇ ਹੀ ਧਾਰਨਾ ਗੁਰੂ ਵਾਸਤੇ ਬਣਾ ਲਈ ਵੀ ਗੁਰੂ ਸਾਹਿਬ ਵੀ ਜਿਉਂਦਾ ਨਹੀਂ ਕਰ ਸਕਦੇ ਐਵੇਂ ਥੋੜੀ ਲਿਖਿਆ ਸਤਿਗੁਰ ਮੇਰਾ ਮਾਰ ਪ੍ਰਭ ਭਾਵ ਹੈ ਬਿਨ ਬਿਨਾਂ ਸਾਹ ਤੋਂ ਗੁਰੂ ਰੱਖ ਸਕਦੇ ਜੀ ਸਤਿਗੁਰ ਮੇਰਾ ਮਾਰ ਜੀਵਾਨ ਬੋਲੋ ਜੀ ਸਤਿਗੁਰ ਮਾਰ ਜੀਵਾਨ ਜੀ ਸਤਿਗੁਰ ਜਿਉਂਦਾ ਕਰ ਸਕਦਾ ਫਿਰ ਪੜੋਂਗੇ ਕਰੀ ਸਾਰੇ ਵੀਰ ਭੈਣਾਂ ਜੀ ਸਤਿਗੁਰ ਮੇਰਾ ਮਾਰ ਜੀਵਾਨ ਸਤਿਗੁਰ ਮਾਰ ਜੀਵਾਨ ਆਓ ਇੱਕ ਵਾਰ ਹੁਕਮਨਾਮਾ ਸਾਹਿਬ ਸਰਵਣ ਕਰੀਏ ਉਸ ਤੋਂ ਅੱਗੇ ਫਿਰ ਲੜੀ ਤੋਰਦੇ ਹਾਂ ਜੀ ਸੰਤ ਜਨਾ ਮਿਲ ਹਰ ਦਸ ਗਾਇਓ ਸੰਤ ਜਨਾ ਮਿਲ ਹਰ ਦਸ ਗਾਇਓ ਕੇ ਦੂਤ ਦਵਾਇਓ ਜਨਾ
ਆਤਮਾਈ ਸਤਿਗੁਰ ਨਾਮ ਵਿੱਚ ਹਰ ਦਸ ਗਾਇਓ ਸਤਿਗੁਰ ਨਾਮ ਵਿੱਚ ਹਰ ਦਸ ਗਾਇਓ ਸਤਿਗੁਰ ਅੰਮ੍ਰਿਤ ਵੇਲੇ ਉੱਠਿਆ
ਕੋਟਕਪੁਰੇ ਦੇ ਕੋਲ ਦਿਨੇ ਕੀਰਤਨ ਕੀਤਾ। ਤਕਰੀਬਨ 400 ਤੋਂ ਉੱਤੇ ਕਿਲੋਮੀਟਰ ਸਫ਼ਰ ਤੈਅ ਕਰਕੇ ਬਹੁਤ ਮਨ ਸੀ ਵੀ ਆ ਕੇ ਇਸ਼ਨਾਨ ਕਰਕੇ ਆਵਾਂਗਾ, ਪਰ ਇਸ਼ਨਾਨ ਕਰਨ ਦਾ ਸਮਾਂ ਹੈ ਨਹੀਂ ਸੀ ਅੱਜ ਸਤਨਾਮ ਸ੍ਰੀ ਵਾਹ। ਤਾਂ ਛੇਤੀ ਛੇਤੀ ਪਹੁੰਚਿਆ ਅਤੇ ਜੇ ਦੱਸਾਂ ਤਾਂ ਕਈ ਦਿਨਾਂ ਤੋਂ ਇੰਨਾ ਰੈਸਟਲੈਸ ਹੈ, ਤੁਸੀਂ ਗੱਲ ਹੀ ਛੱਡ ਦਿਓ। ਇਸ ਕਰਕੇ ਜਿਹਨੂੰ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਉਹ ਤਾਂ ਭਾਈ ਚਲੇ ਜਾਇਓ, ਜਿਹੜੇ ਉਂਝ ਵੀ ਹੁਕਮਨਾਮਾ ਸਾਹਿਬ ਹੋ ਗਿਆ ਚੱਲੀਏ, ਉਹਨਾਂ ਨੂੰ ਬੇਨਤੀ ਹੈ ਬੈਠ ਜਾਓ। ਇਹੀ ਘਰ ਹੈ ਜਿੱਥੇ ਆਪਾਂ ਸਦਾ ਰਹਿਣਾ। ਆਖੋ ਸਤਨਾਮ ਸ੍ਰੀ ਵਾਹ। ਆਪਣੇ ਘਰਾਂ 'ਚ ਤਾਂ ਇੱਕ ਦਿਨ ਆਪਾਂ ਨੂੰ ਤੋਰ ਦੇਣਗੇ, ਪਰ ਇਹ ਗੁਰੂ ਨਾਨਕ ਦਾ ਘਰ ਐਸਾ ਹੈ ਜਿੱਥੇ ਆਪਾਂ ਸਦਾ ਹੀ ਰਹਿਣਾ। ਆਖੋ ਸਤਨਾਮ ਸ੍ਰੀ ਵਾਹ। ਸਤਿਗੁਰੂ ਮੇਰਾ ਮਾਰ ਜੀ ਦਇਆ ਰਾਮ, ਕੋਈ ਮਜ਼ਾਕ ਨਹੀਂ, ਕੋਈ ਖੇਡ ਨਹੀਂ। ਜੇ ਕਿਹਾ ਸਿਰ ਧੜ ਤੋਂ ਲਾਉਣਾ ਤੇ ਸਿਰ ਧੜ ਤੋਂ ਲਾਉਣਾ ਹੀ ਹੈ। ਆਪੋ ਸਤਨਾਮ ਸ੍ਰੀ ਵਾਹ। ਔਰੰਗਜ਼ੇਬ ਦਾ ਇੱਕ ਸੁਨੀਆ ਅਬਦੁਲ ਤੁਰਾਨੀ, ਉਹ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਰਹਿੰਦਾ ਹੁੰਦਾ ਸੀ ਤੇ ਸਾਧ ਸੰਗਤ ਜੀ ਜੋ ਕੁਝ ਉਹ ਉੱਥੇ ਦੇਖਦਾ ਚਿੱਠੀਆਂ ਲਿਖਦਾ ਹੁੰਦਾ ਸੀ ਔਰੰਗਜ਼ੇਬ ਨੂੰ, ਸਿੱਖਾਂ ਨੂੰ ਪਤਾ ਲੱਗ ਗਿਆ। ਕਹਿੰਦੇ ਮਹਾਰਾਜ ਜੀ ਆਹ ਬੰਦਾ ਸੁਈਆ ਫਿਰਦਾ ਹੈ, ਭਾਵਨਾ ਵਾਲਾ ਨਹੀਂ ਹੈ। ਮਹਾਰਾਜ ਕਹਿੰਦੇ ਵੀ ਇਹ ਗੁਰੂ ਨਾਨਕ ਦਾ ਦਰਬਾਰ ਹੈ, ਗੁਰੂ ਨਾਨਕ ਦਾ ਘਰ ਹੈ, ਇੱਥੇ ਕੋਈ ਵੀ ਕਿਸੇ ਵੀ ਭਾਵਨਾ ਨਾਲ ਆ ਸਕਦਾ। ਉੱਥੇ ਸਤਿਕਾਰ ਸ੍ਰੀ ਵਾਹ। ਸੁਈਆਂ ਨੂੰ ਸੂਹਾਂ ਲੈਣ ਦਿਓ, ਭਾਵਨਾ ਨਾਲ ਸੇਵਾ ਕਰਨ ਵਾਲਿਆਂ ਨੂੰ ਸੇਵਾ ਕਰਨ ਦਿਓ। ਆਖੋ ਸਤਨਾਮ ਸ੍ਰੀ ਵਾਹ। ਪਰ ਗੁਰਸਿੱਖਾਂ ਦੇ ਨਿੱਤ ਕਰਮ ਐਸੇ ਹੁੰਦੇ ਸੀ, ਵੇਖ ਵੇਖ ਕੇ ਵੇਖ ਵੇਖ ਕੇ, ਜਿਵੇਂ ਤੁਸੀਂ ਵੇਖਦੇ ਹੋ ਇੱਥੇ ਮੂਲ ਮੰਤਰ ਦੇ ਜਾਪ ਹੁੰਦੇ ਹੈ, ਕੀਰਤਨ ਹੁੰਦੇ ਹੈ, ਕਿਵੇਂ ਮਹਾਂਪੁਰਖ ਆਪ ਸਰੀਰ ਦੀ ਵੱਡੀ ਆਰਜ਼ੂ ਹੋਣ ਦੇ ਬਾਵਜੂਦ ਸਵੇਰੇ ਸ਼ਾਮ ਲੰਮਾ ਸਮਾਂ ਕੀਰਤਨ ਵਿੱਚ ਬੈਠਦੇ ਹੈ। ਤੇ ਮੇਰੇ ਵਰਗੇ ਦੇ ਮਨ ਵਿੱਚ ਵੀ ਇਹ ਹੁੰਦਾ ਵੀ ਦੇਖ ਮਹਾਂਪੁਰਖਾਂ ਦੀ ਕਿੱਡੀ ਵੱਡੀ ਆਰਜ਼ੂ ਹੈ, ਤੇ ਆਪਾਂ ਥੋੜ੍ਹੀ ਦੇਰ ਕੀਰਤਨ ਦੇ ਵਿੱਚ ਬਹਿ ਕੇ ਹੀ ਐਂ ਕਹਿੰਦੇ ਵੀ ਹਾਏ ਮਰ ਗਏ, ਹਾਏ ਮਰ ਗਏ, ਆਖੇ ਸਤਨਾਮ ਸ੍ਰੀ ਵਾਹ। ਐਂ ਕਰਦੇ ਹਨ, ਵੇਖ ਕੇ ਸਿੱਖਣਾ ਹੁੰਦਾ। ਅਬਦੁਲ ਤੁਰਾਨੀ ਨੇ ਵੀ ਜਿਵੇਂ ਜਿਵੇਂ ਗੁਰਸਿੱਖਾਂ ਦੀ ਕਾਰ ਵੇਖੀ ਨਾ, ਮਨ ਵਿੱਚ ਚਾਅ ਪੈਦਾ ਹੋ ਗਿਆ ਆਖੇ ਸਤਨਾਮ ਸ੍ਰੀ ਵਾਹ। ਅਬਦੁਲ ਤੁਰਾਨੀ ਜਿਹੜੀ ਆਖਰੀ ਚਿੱਠੀ ਲਿਖਦਾ ਉਹਦੇ ਵਿੱਚ ਲਿਖਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਰੇ ਬਾਜ਼ਾਰ ਮੇਂ ਸਾਰਿਆਂ ਦੇ ਸਾਹਮਣੇ ਜਦੋਂ ਭਾਈ ਦਇਆ ਰਾਮ ਜੀ ਨੇ ਮਹਾਰਾਜ ਸਾਹਿਬ ਜੀ ਦੇ ਅੱਗੇ ਸੀਸ ਝੁਕਾਇਆ ਤਾਂ ਸਤਿਗੁਰੂ ਜੀ ਨੇ ਸਾਰਿਆਂ ਦੇ ਸਾਹਮਣੇ ਉਸੇ ਮੰਚ ਦੇ ਉੱਤੇ ਸਿਰ ਧੜ ਤੋਂ ਜੁਦਾ ਕਰ ਦਿੱਤਾ। ਆਖੋ ਸਤਨਾਮ ਸ੍ਰੀ ਵਾਹ। ਕਹਿੰਦੇ ਅਜੇ ਸਿਰ ਧੜ ਤੋਂ ਜੁਦਾ ਹੋ ਕੇ ਸਿਰ ਥੱਲੇ ਨਹੀਂ ਸੀ ਡਿੱਗਿਆ, ਗਰਜਵੀ ਆਵਾਜ਼ ਵਿੱਚ ਇੱਕ ਸਿਰ ਹੋਰ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹ। ਇੱਕ ਸਿਰ ਹੋਰ ਚਾਹੀਦਾ। ਕਹਿੰਦੇ ਇੰਨੀ ਆਵਾਜ਼ ਸੀ ਕਿ ਭਾਈ ਧਰਮ ਚੰਦ ਜੀ ਉੱਠ ਗਏ। ਆਖੋ ਸਤਨਾਮ ਸ੍ਰੀ ਵਾਹ। ਧਰਮ ਚੰਦ ਜੋ ਧਰਮ ਵਿੱਚ ਪੂਰਾ ਧਰਮ ਨੂੰ ਕਮਾਉਣ ਆ ਗਿਆ, ਧਰਮ ਨੂੰ ਕਮਾਉਣ ਆ
ਸ਼ਮਸ਼ੀਰ ਦੇ ਨਾਲ ਸਿਰ ਧਰ ਤੋਂ ਜੁਦਾ ਕਰਤਾ ਕੁਸਤਾ। ਪਹਿਲੇ ਨੰਬਰ ਤੇ ਬੰਦੇ ਵਿੱਚ ਦਇਆ ਹੋਣੀ ਚਾਹੀਦੀ ਆ ਕੁਸਤਾ। ਜੇ ਬੰਦੇ ਵਿੱਚ ਦਇਆ ਨਹੀਂ ਹੋਏਗੀ ਤੇ ਬੰਦਾ ਧਰਮੀ ਨਹੀਂ ਹੋਏਗਾ ਕੁਸਤਾ। ਕਿਉਂ? ਦਇਆ ਧਰਮ ਕਾ ਮੂਲ ਹੈ, ਜੜ ਹੈ ਦਇਆ। ਹੁਣ ਚੇਤੇ ਕਰ ਲਿਓ, ਪਹਿਲੇ ਪਿਆਰੇ ਦਾ ਨਾਮ ਸੀ ਭਾਈ ਦਇਆ ਸਿੰਘ। ਜੇ ਦਇਆ ਹੋਏਗੀ ਤੇ ਧਰਮ ਹੋਏਗਾ। ਦੂਜੇ ਸਨ ਭਾਈ ਧਰਮ ਸਿੰਘ ਜੀ। ਜੇ ਦਇਆ ਔਰ ਧਰਮ ਦੋਵੇਂ ਹੋਣਗੇ ਤਾਂ ਫਿਰ ਬੰਦਾ ਹਿੰਮਤੀ ਹੁੰਦਾ, ਖੁਸ਼ਹਾਲ। ਜੇ ਦਇਆ ਹੋਵੇ ਤੇ ਧਰਮ ਦੋਵੇਂ ਚੀਜ਼ਾਂ ਹੋਣ, ਜੇ ਬੰਦਾ ਧਰਮੀ ਨਹੀਂ ਹੋਏਗਾ ਨਾ ਤਾਂ ਉਹ ਹਿੰਮਤੀ ਨਹੀਂ ਹੋਏਗਾ। ਹੋਛੇਪਨ ਦੇ ਵਿੱਚ ਬਾਹਰ ਦੋ ਚਾਰ ਜਣਿਆਂ ਨੂੰ ਗਾਲਾਂ ਤਾਂ ਕੱਢ ਦੇਗਾ, ਪਰ ਉਹ ਹਿੰਮਤ ਨਹੀਂ ਹੋਏਗੀ 80 ਸਾਲ ਦੀ ਉਮਰ ਹੱਥ ਵਿੱਚ ਮਾਲਾ ਫੜੀ ਹੋਈ ਆ ਕੁਸਤਾ। ਕਿਸੇ ਨੇ ਆ ਕੇ ਆਖਿਆ, ਬਾਬਾ ਜੀ ਤੁਰਾਨੀਏ ਚੜ੍ਹ ਕੇ ਆ ਗਏ ਹੈ, ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਪੂਰਨਾ ਸ਼ੁਰੂ ਕਰ ਦਿੱਤਾ, ਮਾਲਾ ਉੱਥੇ ਰੱਖ ਕੇ ਦੋ ਧਾਰਾ ਖੰਡਾ ਹੱਥ ਵਿੱਚ ਫੜ ਲਿਆ ਕੁਸਤਾ। 18 ਸੇਰ ਦਾ ਉਹ ਖੰਡਾ, 80 ਸਾਲ ਦੀ ਉਮਰ। ਧੰਨ ਬਾਬਾ ਦੀਪ ਸਿੰਘ ਜੀ। ਵੇਖੋ ਫਿਰ ਦਇਆ ਔਰ ਧਰਮ ਇਹਦੇ ਵਿੱਚੋਂ ਹਿੰਮਤ ਜਨਮ ਲੈਂਦੀ ਆ ਖਸਾਤਾ। ਤੀਜੇ ਪਿਆਰੇ ਭਾਈ ਹਿੰਮਤ ਸਿੰਘ, ਦਇਆ ਹੋਏ, ਧਰਮ ਹੋਏ, ਹਿੰਮਤ ਹੋਏ ਤਾਂ ਬੰਦਾ ਮੋਹਕਮ ਤਾਈ ਤੱਕ ਪਹੁੰਚਦਾ। ਮੋਹਕਮ, ਮੋਹ ਘਟਦਾ, ਬੰਦਾ ਆਪਣੇ ਆਖੋ ਸਤਨਾਮ, ਬੰਦਾ ਆਪਣੇ ਫਰਜ਼ਾਂ ਦੀ ਪਛਾਣ ਕਰਦਾ, ਬੰਦਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ, ਧਰਮ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ, ਸਮਾਜ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ। ਦਇਆ ਹੈ, ਧਰਮ ਹੈ, ਹਿੰਮਤ ਹੈ ਤਾਂ ਮੋਹਕਮ, ਜੇ ਇਹ ਚਾਰ ਗੁਣ ਵਿੱਚ ਆ ਗਏ ਤਾਂ ਕਹਿੰਦੇ ਬੰਦਾ ਸਾਹਿਬ ਨੂੰ ਮਿਲ ਜਾਂਦਾ ਸਤਨਾਮ। ਕਿੰਨਾ ਸੌਖਾ ਤਰੀਕਾ ਹੈ ਨਾ। ਇਹ ਨਾਮ ਇੰਟਰ ਰਿਲੇਟਡ ਨੇ ਆਪਸ ਵਿੱਚ। ਜਿਵੇਂ ਮੈਂ ਜਦੋਂ ਪਿਛਲੀ ਵਾਰੀ ਆਇਆ ਸੀ ਉਦੋਂ ਬੇਨਤੀ ਕੀਤੀ ਸੀ ਕਿ ਜਿੱਦਣ ਮਹਾਰਾਜ ਨੇ ਚਮਕੌਰ ਦੀ ਗੜੀ ਛੱਡਣੀ ਹੈ ਕੀ ਆਖਿਆ, ਮੈਨੂੰ ਤਿੰਨ ਚੀਜ਼ਾਂ ਚਾਹੀਦੀਆਂ। ਜੇ ਅੱਜ ਛੱਡ ਕੇ ਚੱਲਿਆ, ਅੱਜ ਵੀ ਦਇਆ ਮੇਰੇ ਵਿੱਚ ਹੈ। ਜੇ ਅੱਜ ਛੱਡ ਕੇ ਚੱਲਿਆ ਤਾਂ ਢਿੱਲੇ ਕਿਉਂ ਪੈ ਗਏ? ਇੱਕ ਵਾਰ ਸਿੱਧੇ ਜੇ ਹੋ ਕੇ ਆਖੋ ਸਤਨਾਮ। ਜੇ ਅੱਜ ਚਮਕੌਰ ਦੀ ਗੜੀ ਛੱਡ ਕੇ ਚੱਲਿਆ, ਅੱਜ ਵੀ ਦਇਆ ਵਿੱਚ ਹੈ। ਇਸੇ ਲਈ ਔਰੰਗਜ਼ੇਬ ਨੂੰ ਕਹਿੰਦੇ ਹੈ, ਭਾਵੇਂ ਚਾਰ ਪੁੱਤ ਸ਼ਹੀਦ ਹੋ ਗਏ ਹੈ, ਭਾਵੇਂ ਜਾਨਾਂ ਤੋਂ ਪ੍ਰਾਣਾਂ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਹੈ, ਔਰੰਗਜ਼ੇਬ ਤੂੰ ਧਰਮੀ ਨਹੀਂ ਆ ਖੁਸਤਾ। ਜਿਸ ਤਰੀਕੇ ਤੂੰ ਧਰਮੀ ਬਣਨਾ ਚਾਹੁੰਦਾ, ਐਵੇਂ ਨਹੀਂ ਧਰਮੀ ਬਣਿਆ ਜਾਂਦਾ।
ਜੇ ਅੱਜ ਵੀ ਕਿਤੇ ਤੂੰ ਮੈਨੂੰ ਆ ਕੇ ਮਿਲੇ ਤਾਂ ਮੈਂ ਤੈਨੂੰ ਧਰਮ ਸਿਖਾ ਦਵਾਂ ਅੱਖ ਸਤਨਾ। ਇਹ ਨਹੀਂ ਕਿਹਾ ਵੀ ਮੈਂ ਤੇਰਾ ਗਾਟਾ ਲਾ ਦੂੰ, ਤੇਰਾ ਗਲ ਲਾ ਦਿਆਂਗਾ, ਮੈਂ ਅੱਖ ਸਤਨਾ, ਤੈਨੂੰ ਮੈਂ ਧਰਮੀ ਬਣਾ ਦਿਆਂਗਾ ਜੇ ਤੂੰ ਅੱਜ ਵੀ ਆ ਜਾਵੇਂ ਅੱਖ ਸਤਨਾ। ਇਹ ਹੈ ਦਇਆ। ਜੇ ਅੱਜ ਚਮਕੌਰ ਦੀ ਗੜੀ ਚੋਂ ਚੱਲਿਆ ਅੱਜ ਵੀ ਧਰਮੀ ਆ, ਧਰਮ ਸੀ ਜਿੱਥੇ ਕੋਈ ਯਾਦ ਕਰਦਾ ਉੱਥੇ ਪਹੁੰਚਣਾ। ਉੱਤੋਂ ਵੱਡੇ ਪੁੱਤ ਸ਼ਹੀਦ ਹੁੰਦੇ ਆ, ਜੇ ਮਾਈ ਗੁਰਦੇਈ ਮਾਛੀਵਾੜੇ ਦੇ ਜੰਗਲਾਂ ਵਿੱਚ ਚੇਤੇ ਕਰਦੀ ਹੈ ਤੇ ਮਾਲਕ ਉੱਚੇ ਜਾਂਦੇ ਆ ਅੱਖ ਸਤਨਾ। ਚਾਰ ਪੁੱਤ ਸ਼ਹੀਦ ਕਰਵਾ ਕੇ ਚੱਲਿਆ, ਆਨੰਦਪੁਰ ਸਾਹਿਬ ਛੱਡ ਕੇ ਆਇਆ, ਜੇ ਅੱਜ ਵੀ ਚੱਲਿਆ ਤਾਂ ਮੈਂ ਮਾਣ ਦੇ ਨਾਲ ਚੱਲਿਆ ਅੱਖ ਸਤਨਾ। ਤਿੰਨ ਸਿੰਘ ਨਾਲ ਲੈ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ। ਇੱਥੇ ਆਖਿਆ ਦਇਆ ਧਰਮ ਹਿੰਮਤ ਮੁਹਕਮ ਸਾਹਿਬ, ਇਹ ਪੰਜਾਂ ਨੇ ਆ ਕੇ ਵਾਰੋ ਵਾਰੀ ਆਪਣੇ ਸੀਸ ਦਿੱਤੇ, ਸਿਰ ਪਏ ਧੜ ਪਏ ਅੱਖ ਸਤਨਾ। ਅਬਦੁਲ ਤੁਰਾਨੀ ਲਿਖਦਾ ਕਿ ਫਿਰ ਧੰਨ ਮਾਤਾ ਸਾਹਿਬ ਕੌਰ, ਧੰਨ ਮਾਤਾ ਜੀਤ ਕੌਰ, ਇੱਕ ਸਰਬਲੋਹ ਦਾ ਬਾਟਾ ਲੈ ਕੇ ਆਉਂਦਾ ਗਿਆ। ਉਹ ਲਿਖਦਾ ਲੋਹੇ ਕਾ ਬਰਤਨ ਚਿੱਠੀ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਉਹ ਸਰਬਲੋਹ ਦਾ ਭਾਂਡਾ ਰੱਖ ਦਿੱਤਾ ਗਿਆ। ਕਹਿੰਦਾ ਫਿਰ ਗੁਰੂ ਸਾਹਿਬ ਨੇ ਪੰਜ ਕਲਾਮ ਪੜ੍ਹੇ, ਪੰਜ ਬਾਣੀਆਂ ਪੜ੍ਹੀਆਂ ਅੱਖ ਸਤਨਾ। ਜੇ ਕੱਲ੍ਹ ਨੂੰ ਉੱਧਰ ਨੂੰ ਵਿਚਾਰ ਹੋਈ ਤਾਂ ਕੱਲ੍ਹ ਵਿਚਾਰ ਕਰਾਂਗੇ। ਪੰਜ ਵਕਾਰ ਨੇ, ਪੰਜਾਂ ਨੂੰ ਕਾਬੂ ਰੱਖਣ ਵਾਸਤੇ ਪੰਜਾਂ ਬਾਣੀਆਂ ਦਾ ਨਿਤਨੇਮ ਦੇ ਦਿੱਤਾ ਅੱਖ ਸਤਨਾ। ਪੰਜ ਵਿਕਾਰ ਪੰਜਾਂ ਨੂੰ ਕਾਬੂ ਰੱਖਣ ਲਈ ਪੰਜ ਬਾਣੀਆਂ ਦਾ ਨਿਤਨੇਮ ਬਖਸ਼ ਦਿੱਤਾ। ਆਲੇ ਦੁਆਲੇ ਰਾਮਕਾਰ ਉਹ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹ ਦਿਓ, ਮੂਲ ਮੰਤਰ ਪੜ੍ਹ ਦਿਓ, ਵਾਹਿਗੁਰੂ ਗੁਰਮੰਤਰ ਜਪ ਲਓ ਅੱਖ ਸਤਨਾ। ਉਹ ਆਲੇ ਦੁਆਲੇ ਵਾੜ ਹੈ ਤੁਹਾਡੇ ਅੱਖ ਸਤਨਾ, ਚੌਗਿਰਦ ਹਮਾਰੇ ਉਹ ਰਾਮਕਾਰ ਹੈ ਆਲੇ ਦੁਆਲੇ, ਮੂਲ ਮੰਤਰ ਦੀ, ਗੁਰੂ ਮੰਤਰ ਦੀ, ਸੁਖਮਨੀ ਸਾਹਿਬ ਜੀ ਦੀ ਬਾਣੀ ਦੀ। ਫਿਰ ਦੁੱਖ ਨਾ ਲੱਗਿਆ ਭਾਈ, ਜੇ ਇਹ ਵਾਰ ਕਰ ਲਈ ਕਹਿੰਦੇ ਫਿਰ ਦੁੱਖ ਨੀ ਨੇੜੇ ਆਉਣਗੇ ਅੱਖ ਸਤਨਾ। ਅੱਜ ਮੈਂ ਇਹਨਾਂ ਨੂੰ ਗੱਡੀ ਵਿੱਚ ਇੱਕ ਬੇਨਤੀ ਕਰਦਾ ਸੀ ਕਿ ਧੰਨ ਬਾਬਾ ਆਨੰਦ ਸਿੰਘ ਸਾਹਿਬ ਮਹਾਰਾਜ ਨੇ ਇੱਕ ਬਚਨ ਕੀਤਾ, ਸਿੱਖਾਂ ਨੂੰ ਨਿਤਨੇਮ ਨਾ ਛੱਡੀ ਗੁਰੂ ਨਾਨਕ ਤੇਰੀ ਬਾਹ ਨਹੀਂ ਛੱਡੇਗਾ। ਪਤੰਗ ਉੱਡ ਰਹੀ ਹੈ, ਡੋਰ ਉਹਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਵਿੱਚ ਅੱਖ ਸਤਨਾ। ਜਿਹਦੀ ਡੋਰ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਵਿੱਚ ਹੈ, ਉਹ ਪਤੰਗ ਨਾ ਖੱਬਿਆਂ ਚੜੇਗੀ ਨਾ ਦਰਖਤਾਂ ਵਿੱਚ ਚੜੇਗੀ, ਉਹ ਤੇ ਚਿਰੰਜੀਵੀ ਉੱਡਦੀ ਰਹੇਗੀ ਅੱਖ ਸਤਨਾ। ਤੇ ਗੁਰੂ ਨਾਨਕ ਦੇ ਹੱਥ ਵਿੱਚ ਫਿਰ ਆਪਣੀ ਬਾਂਹ ਫੜਾ ਦਈਏ ਅੱਖ ਸਤਨਾ। ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਵਿੱਚ ਆਪਣੀ ਬਾਂਹ ਫੜਾ ਦਈਏ। ਬਾਂਹ ਫੜੇਗਾ ਕਿਵੇਂ? ਧੰਨ ਬਾਬਾ ਆਨੰਦ ਸਿੰਘ ਸਾਹਿਬ ਜੀ ਦਾ ਬਚਨ ਚਿੱਤੇ ਰੋਜ਼ ਕਰਿਆ ਕਰੋ, ਤੂੰ ਨਿਤਨੇਮ ਨਾ ਛੱਡੀ ਗੁਰੂ ਨਾਨਕ ਤੇਰੀ ਬਾਣ ਨਹੀਂ ਛੱਡੇ। ਪੰਜ ਬਾਣੀਆਂ ਪੜ੍ਹੀਆਂ ਗਈਆਂ, ਜਪਜੀ ਸਾਹਿਬ, ਜਾਪ ਸਵਈਏ ਚੌਪਈ, ਆਨੰਦ ਸਾਹਿਬ, ਅਰਦਾਸਾਂ ਸੋਧ ਕੇ ਕਹਿੰਦੇ ਦੇਖੋ ਸਤਿਗੁਰੂ ਜੀ ਅੰਮ੍ਰਿਤ ਦੇ ਜਿਹੜੇ ਛੱਟੇ ਹੈ ਨੇਤਰਾਂ ਵਿੱਚ ਮਾਰਦੇ ਆ ਅੱਖ ਸਤਨਾ। ਬੋਲ ਵਾਹਿਗੁਰੂ ਜੀ ਕਾ ਖਾਲਸਾ, ਇਸਾਂ ਵਿੱਚ ਪਾਉਂਦੇ ਆ। ਕਹਿੰਦੇ ਜਦੋਂ ਮੁੱਖ ਦੇ ਵਿੱਚ ਅੰਮ੍ਰਿਤ ਪਾਤਾ ਮੁਰਦੇ ਜਿਉਂਦੇ ਹੋ ਗਏ ਅੱਖ ਸਤਨਾ। ਸ੍ਰੀ ਵਾਹਿਗੁਰੂ, ਜਦੋਂ ਮੁੱਖ ਵਿੱਚ ਪੈ ਗਿਆ ਨਾ ਉਹ ਅੰਮ੍ਰਿਤ, ਮੁੱਖ ਵਿੱਚ ਅੰਮ੍ਰਿਤ ਪਾ ਕੇ ਜਦੋਂ ਕਲਗੀਧਰ ਪਾਤਸ਼ਾਹ ਨੇ ਨੇਤਰ ਪਾਏ ਦਿਆ ਰਾਮ ਤੇ, ਜਦੋਂ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ, ਦਇਆ ਰਾਮ ਬੋਲ ਉੱਠਿਆ ਵਾਹਿਗੁਰੂ ਜੀ ਕਾ ਖਾਲਸਾ। ਸਤ ਸੰਗਤ ਐਸਾ ਹੈ ਅੰਮ੍ਰਿਤ, ਅੰਮ੍ਰਿਤ ਦੇ ਛੱਟੇ ਮਾਰੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਇਹ ਮੈਂ ਰਸਤੇ ਵਿੱਚ ਲਿਖੀਆਂ ਅੱਖ ਸਤਨਾ। ਜੇ ਮਾੜੀ ਮੁੱਟੀ ਕੋਈ ਇੱਧਰ ਉੱਧਰ ਹੋਏ ਨਾ ਤਾਂ ਮਾਫ਼ ਕਰ ਦਿਓ।
अमृत ने छटे मारे मुर्दे जो में कर दिते सामने खड़े हुए आखो सतनाम श्री वाहेगुरु। तंबू विच गए बाहर आए जिवें दा बाणा सतगुरु जी ने पाया सी ओवें दे ही उन्हां पंजां ने पाया आखो सतनाम श्री वाहेगुरु। अब्दुल दुरानी कहिंदा मन नूं इक नहीं सामने छे गुरु गोबिंद सिंह साहब खड़े है आखो सतनाम श्री वाहेगुरु। कहिंदा इस तों बाद ते जो विखिया ਉਹ ਜ਼ਿੰਦਗੀ ਚ ਕਦੇ ਦੇਖਿਆ ਹੀ ਨਹੀਂ ਸੀ ਨਾ ਕਦੇ ਸੁਣਿਆ ਸੀ। ਯਾ ਖੁਦਾ ਐਸਾ ਮੁਰਸ਼ਿਦ ਨਾ ਦੇਖਾ ਤਾ ਆਪਣੇ ਜਿਨ੍ਹਾਂ ਪੰਜਾਂ ਨੂੰ ਆਪ ਸੁਰਜੀਤ ਕੀਤਾ ਉਹਨਾਂ ਪੰਜਾਂ ਦੇ ਅੱਗੇ ਹੱਥ ਜੋੜ ਲਏ ਆਖੋ ਸਤਨਾਮ ਸ੍ਰੀ ਵਾਹ। ਉਹਨਾਂ ਪੰਜਾਂ ਦੇ ਅੱਗੇ ਹੱਥ ਜੋੜ ਲਏ ਮੈਨੂੰ ਵੀ ਜਿਉਂਦਿਆਂ ਦੇ ਵਿੱਚ ਕਰ ਦਿਓ ਮੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ ਦਿਓ ਆਖੋ ਸਤਨਾਮ। ਮੈਂ ਰਸਤੇ 'ਚ ਇਹਨਾਂ ਨੂੰ ਇੱਕ ਗੱਲ ਸੁਣਾਈ ਸੱਚੀਆਂ ਘਟਨਾ ਔਰ ਉਹਨਾਂ ਦੋਹਾਂ ਹੀ ਪਰਿਵਾਰਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਅਤੇ ਮੇਰਾ ਆਉਣਾ ਜਾਣਾ ਹੈ ਆਖੋ ਸਤਨਾਮ। ਦਿੱਲੀ ਦੇ ਵਿੱਚ ਇੱਕ ਸਿੰਘ ਰਹਿੰਦਾ ਬੰਟੀ ਸਹੀ 10 ਵਜੇ ਕੋਸ਼ਿਸ਼ ਕਰੂੰਗਾ ਸਮਾਪਤੀ ਹੋ ਜਾਵੇ ਕੋਈ 1-2 ਮਿੰਟ ਭਾਵੇਂ ਉੱਤੇ ਚਲੀ ਜਾਏ। ਉਸ ਬੰਟੀ ਨੇ ਨਾ ਹਰ ਵਾਰ ਅੰਮ੍ਰਿਤ ਛਕਣ ਵਾਸਤੇ ਨਾਮ ਲਿਖਵਾ ਦਿਆ ਕਰਨਾ 3 ਵਾਰੀਆਂ ਹੋ ਗਈਆਂ ਉਹਨੇ ਛਕਣ ਆਇਆ ਕਰਨਾ। 4th ਵਾਰ ਜਦੋਂ ਨਾਮ ਲਿਖਾਇਆ ਨਾ ਤੇ 5 ਪਿਆਰੇ ਸਾਹਿਬਾਨ ਦਾ ਜਥੇਦਾਰ ਕਹਿੰਦਾ ਵੀ ਹੁਣ ਨਹੀਂ ਲਿਖਣਾ ਆਖੋ ਸਤਨਾਮ ਤੇ ਖੇਡ ਬਣਾ ਲਈ। ਹਰ ਵਾਰੀ ਨਾਮ ਲਿਖਾ ਦਿੰਦਾ ਤੇ ਨਾਮ ਲਿਖਾ ਕੇ ਤੂੰ ਆਉਂਦਾ ਹੀ ਨਹੀਂ ਹੈ। ਕਹਿੰਦਾ ਜੀ ਇਸ ਵਾਰ ਲਿਖ ਲਓ। ਨਾਮ ਲਿਖ ਲਿਆ ਹੋਇਆ ਉਵੇਂ ਹੀ ਜਦੋਂ ਅੰਮ੍ਰਿਤ ਸੰਚਾਰ ਸ਼ੁਰੂ ਹੋਣਾ ਸੀ ਸਾਰੇ ਆ ਗਏ
ਬੰਟੀ ਨਾ ਆਇਆ ਤੁਸਤਾ ਸ੍ਰੀ ਵਾਹਿਗੁਰੂ ਅਰਦਾਸ ਹੋ ਗਈ ਦਰਵਾਜ਼ਾ ਖੜਕਿਆ ਸੇਵਾਦਾਰ ਨੇ ਪੁੱਛਿਆ ਹਾਂਜੀ ਕਹਿੰਦਾ ਜੀ ਮੈਂ ਬੰਟੀ ਅੰਮ੍ਰਿਤ ਛਕਣਾ ਤੁਸਤ ਸ੍ਰੀ ਵਾਹਿਗੁਰੂ ਕਹਿੰਦੇ ਜੀ ਹੁਣ ਨਹੀਂ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਹੁਣ ਅੰਦਰ ਐਂਟਰੈਂਸ ਨਹੀਂ ਹੋ ਸਕਦਾ ਕਹਿੰਦਾ ਇੱਕ ਵਾਰ ਦਰਵਾਜ਼ਾ ਖੋਲ ਦਿਓ ਅੰਮ੍ਰਿਤ ਛਕਾਉਣਾ ਹੈ ਕਿ ਨਹੀਂ ਛਕਾਉਣਾ ਇਹ ਤਾਂ ਇਨ ਪੰਚੋਂ ਮੈਂ ਮੇਰੋ ਵਾਸਾ ਪੂਰੀ ਕਰੋ ਤਰੋ ਜਹਿਆ ਸਾ ਇਹ ਤਾਂ ਇਹਨਾਂ ਪੰਜਾਂ ਦੀ ਮਰਜ਼ੀ ਆ ਖੁਸਾ ਦਰਵਾਜ਼ਾ ਖੋਲਿਆ ਕੀ ਦੇਖਿਆ ਇੱਕ ਰਿਕਸ਼ੇ ਦੇ ਉੱਤੇ ਮੋਟਰਸਾਈਕਲ ਉਹਨੇ ਲੱਦਿਆ ਹੋਇਆ ਖੁਸਾ ਤਿੰਨ ਚਾਰ ਹਿੱਸਿਆਂ ਦੇ ਵਿੱਚ ਬੁਰੀ ਤਰ੍ਹਾਂ ਡੈਮੇਜ ਹੋਇਆ ਹੋਇਆ ਟੁੱਟਿਆ ਹੋਇਆ ਮੋਟਰਸਾਈਕਲ ਇਹ ਕੀ ਹੋਇਆ ਕਹਿੰਦਾ ਮੈਂ ਲੇਟ ਹੋ ਗਿਆ ਸੀ ਤੇਜ਼ ਚਲਾ ਕੇ ਆ ਰਿਹਾ ਸੀ ਦਿੱਲੀ ਦੇ ਵਿੱਚ ਇੱਕ ਟਰੱਕ ਦੇ ਥੱਲੇ ਇੱਕਦਮ ਪੂਰੀ ਸਪੀਡ ਦੇ ਵਿੱਚ ਮੇਰਾ ਮੋਟਰਸਾਈਕਲ ਥੱਲੇ ਆ ਗਿਆ ਕਹਿੰਦਾ ਜਦੋਂ ਇੱਕਦਮ ਮੋਟਰਸਾਈਕਲ ਡਿੱਗਾ ਮੈਨੂੰ ਕਿਸੇ ਨੀਲੇ ਬਾਣੇ ਵਾਲੇ ਨੇ ਆ ਕੇ ਆਪਣੇ ਹੱਥਾਂ ਵਿੱਚ ਲੈ ਲਿਆ ਖੁਸਾ ਤੇਰਾ ਨਾਮ ਮੇਰੀ ਲਿਸਟ ਵਿੱਚ ਆ ਗਿਆ ਤੈਨੂੰ ਕੁਝ ਨਹੀਂ ਹੋ ਸਕਦਾ ਖੁਸਾ ਤੈਨੂੰ ਕੁਝ ਨਹੀਂ ਹੋ ਸਕਦਾ ਵੇਖ ਕੇ ਹੈਰਾਨ ਨੇ ਮੋਟਰਸਾਈਕਲ ਵੇਖ ਕੇ ਇਹ ਲੱਗਦਾ ਵੀ ਬੰਦਾ ਬਚਿਆ ਹੀ ਨਹੀਂ ਹੁਣ ਮੋਟਰਸਾਈਕਲ ਤਾਂ ਰਿਹਾ ਹੀ ਕੱਖ ਨਹੀਂ ਚਲਾਉਣ ਵਾਲੇ ਦਾ ਵਿਗੜੇ ਹੀ ਕੱਖ ਨਹੀਂ ਲੱਗ ਸਕਦਾ ਹੁਣ ਉਹਨਾਂ ਦੇ ਘਰੇ ਜੇ ਤੁਸੀਂ ਦਿੱਲੀ ਜਾਓ ਨਾ ਜਿਹੜਾ ਮੇਨ ਕਮਰਾ ਹੁੰਦਾ ਨਾ ਕੋਠੀ ਦਾ ਉਹਦੇ ਵਿੱਚ ਆਲੀ ਸ਼ਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਖੁਸਾ ਜਦੋਂ ਕੋਈ ਘਰ ਦੇ ਵਿੱਚ ਆਉਂਦਾ ਕਹਿੰਦੇ ਨੇ ਜੀ ਪਹਿਲਾਂ ਸਾਡੇ ਵੱਡੇ ਨੂੰ ਮਿਲੋ ਆ ਖੁਸਾ ਇਹੀ ਕੀ ਕਿਰਪਾ ਕੇ ਸਜੇ ਹਮ ਹੈ ਸਭ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੈ ਪਹਿਲਾਂ ਸਾਡੇ ਗੁਰੂ ਸਾਹਿਬ ਨੂੰ ਨਮਸਕਾਰ ਕਰੋ ਆ ਖੁਸਾ ਦਿੱਲੀ ਦੇ ਵਿੱਚ ਹੀ ਰਹਿਣ ਵਾਲੇ ਭਾਈ ਕਦਲਜੀਤ ਸਿੰਘ ਉਹਨਾਂ ਦੀ ਵਾਈਫ ਨੂੰ ਕੈਂਸਰ ਹੋ ਗਿਆ ਇੱਥੋਂ ਬ੍ਰੈਸਟ ਤੋਂ ਕੈਂਸਰ ਦਾ ਜਿਹੜਾ ਫੋੜਾ ਜਿਹਾ ਸੀ ਉਹ ਵਗਣ ਲੱਗ ਗਿਆ ਖੁਸਾ ਅਪੋਲੋ ਹੋਸਪਿਟਲ ਹੈ ਦਿੱਲੀ ਉਹਨਾਂ ਨੇ ਕਹਿ ਦਿੱਤਾ ਕਿ ਦੋ ਚਾਰ ਦਿਨ ਹੋਰ ਨੇ ਲੈ ਜਾਓ ਸੇਵਾ ਕਰ ਲਓ ਸਤਨਾਮ ਉਹ ਪਰਿਵਾਰ ਪੰਜਾਂ ਪਿਆਰਿਆਂ ਕੋਲ ਆਇਆ ਕਹਿੰਦਾ ਜੀ ਨਿੱਕੇ ਨਿੱਕੇ ਬੱਚੇ ਆ ਰੁੱਲ ਜਾਣਗੇ ਅੱਖ ਸਤਨਾਮ ਪੜ੍ਹ ਰਹੇ ਸੀ ਨਾ ਪਹਿਲਾਂ ਗੁਰਮੁਖ ਪਿਆਰੇ ਜੇ ਤੂੰ ਨਾ ਫੜਦਾ ਸਾਡੀ ਬਾਂਹ ਅਸਾਂ ਰੁੱਲ ਮੈਨੂੰ ਵੀ ਮਨ ਚ ਆਇਆ ਮਹਾਰਾਜ ਅਸੀਂ ਵੀ ਰੁੱਲ ਜਾਣਾ ਸੀ ਜੇ ਤੂੰ ਸਾਡੀ ਬਾਂਹ ਨਾ ਫੜਦਾ ਅੱਖ ਸਤਨਾਮ ਨਿੱਕੇ ਨਿੱਕੇ ਬੱਚੇ ਨੇ ਕੀ ਕਰਾਂਗੇ ਪੰਜਾਂ ਪਿਆਰਿਆਂ ਨੇ ਅਰਦਾਸ ਕੀਤੀ ਸਾਰਾ ਪਰਿਵਾਰ ਆਇਆ ਬੀਬੀ ਰਾਣੀ ਘਰੇ ਸੀ ਬੈੱਡ ਦੇ ਉੱਤੇ ਪੰਜਾਂ ਪਿਆਰਿਆਂ ਨੇ ਅਰਦਾਸ ਕੀਤੀ ਤਰਲਾ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਘਰੇ ਜਾ ਕੇ ਵੇਖਿਆ ਜਿਸ ਛਾਤੀ ਤੋਂ ਬ੍ਰੈਸਟ ਤੋਂ ਉਹ ਫੋੜਾ ਰਿਸ ਰਿਹਾ ਸੀ ਫੋੜੇ ਦਾ ਨਾਮ ਨਿਸ਼ਾਨੀ ਹੈ ਨਹੀਂ ਸੀ ਆਪਣੇ ਸਾਹਿਬ ਇੰਨਾ ਮਾਲਕ ਬੇਅੰਤ ਹੈ ਇੰਨਾ ਗੁਰੂ ਨੇੜੇ ਹੈ ਆਪਾਂ ਉਹਨੂੰ ਨੇੜੇ ਜਾਣਦੇ ਨਹੀਂ ਅੱਖ ਸਤਨਾਮ ਜੇ ਵਾਸੂ ਭਾਰਦਵਾਜ ਦਰਬਾਰ ਸਾਹਿਬ ਆਉਂਦਾ ਉਹਦਾ ਕੈਂਸਰ ਠੀਕ ਹੋ ਜਾਂਦਾ ਹੈ ਦੂਜਿਆਂ ਦੇ ਕਿਉਂ ਨਹੀਂ ਹੁੰਦੇ ਅੱਖ ਸਤਨਾਮ ਕਈ ਅੱਖਾਂ ਤੋਂ ਉਹਨੇ ਆਉਂਦੇ ਹੈ ਸਾਰੇ ਵੇਖਦੇ ਨਹੀਂ ਵਾਪਸ ਜਾਂਦੇ ਜਿਨ੍ਹਾਂ ਦੇ ਅੰਦਰ ਦ੍ਰਿੜ ਨਿਸ਼ਚਾ ਹੁੰਦਾ ਹੈ ਨਾ ਕਿ ਗੁਰੂ ਰਾਮਦਾਸ ਜੀ ਦੇ ਘਰ ਚੱਲੇ ਆ ਅੱਖਾਂ ਤੋਂ ਉਹਨੇ ਆ ਜਦੋਂ ਮੁੜ ਕੇ ਆਵਾਂਗੇ ਤਾਂ ਦਿਸਦਾ ਹੋਊਗਾ ਅੱਖ ਸਤਨਾਮ ਜਿਹੜੇ ਤੁਰਨ ਲੱਗੇ ਕਹਿੰਦੇ ਆ ਜਾ ਕੇ ਵੇਖ ਲੈਂਦੇ ਆ ਕੀ ਪਤਾ ਠੀਕ ਹੋ ਵੀ ਜਾਏ ਉਹ ਫਿਰ ਜਿਵੇਂ ਜਾਂਦੇ ਆ ਉਵੇਂ ਮੁੜ ਆਉਂਦੇ ਅੱਖ ਸਤਨਾਮ ਸਮਝੇ ਮੇਰੀ ਬੇਨਤੀ ਜਿਨ੍ਹਾਂ ਦੇ ਮਨ ਚ ਦ੍ਰਿੜ ਨਿਸ਼ਚਾ ਨਾ ਕਿ ਚੱਲੇ ਤਾਂ ਅੱਖਾਂ ਤੋਂ ਅੰਨੇ ਆ ਪਰ ਜਦੋਂ ਵਾਪਸ ਆਵਾਂਗੇ ਤੇ ਅੱਖਾਂ ਤੋਂ ਦਿਸ ਰਿਹਾ ਹੋਏਗਾ ਉਹਨਾਂ ਨੂੰ ਵਾਕਿਆ ਹੀ ਦਿਸਦਾ ਹੈ ਖੁਸ਼ ਸਤਨਾਮ ਸ੍ਰੀ ਵਾਹਿਗੁਰੂ ਜੰਮੂ ਕਸ਼ਮੀਰ ਦਾ ਉਹ ਵੀਡੀਓ ਤੁਸੀਂ ਦੇਖੀ ਹੋਣੀ ਆ ਖੁਸ਼ ਸਤਨਾਮ ਵੀਲ ਚੇਅਰ ਤੇ ਲੈ ਕੇ ਆਏ ਵੀਲ ਚੇਅਰ ਉੱਥੇ ਕਿਸੇ ਪਾਸੇ ਸੁੱਟ ਗਏ ਬੱਚਾ ਤੁਰਦਾ ਘਰੇ ਗਿਆ ਖੁਸ਼ ਸਤਨਾਮ ਗੁਰੂ ਅੱਜ ਵੀ ਨੇੜੇ ਹੈ ਆਪਾਂ ਦੂਰ ਹੋ ਗਏ ਅੱਖ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰੂ ਜੀ ਨੇ ਹੱਥ ਜੋੜ ਲਏ ਇਹ ਖੰਡੇ ਬਾਟੇ ਦਾ ਅੰਮ੍ਰਿਤ ਮੈਨੂੰ ਵੀ ਬਖਸ਼ ਦਿਓ ਅੱਖ ਸਤਨਾਮ ਮੈਨੂੰ ਵੀ ਦੇ ਦਿਓ ਇਹਦਾ ਫਿਰ ਪੰਜਾਂ ਪਿਆਰਿਆਂ ਨੇ ਉਵੇਂ ਹੀ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਅੱਖ ਸਤਨਾਮ ਅਬਦੁਲ ਤੁਰਾਨੀ ਕਹਿੰਦਾ ਔਰੰਗਜ਼ੇਬ
बस समाप्ति आ मेरी आखिरी चिट्ठी है तेनों इस तो बाद अगली चिट्ठी नहीं आएगी कहता आ सारा कुछ वेख के फिर एक लंबी लाइन लग गई अमृत छकन वालिया की मुझसे भी रहा ना गया मैं भी भाग के उस लाइन में खड़ा हो गया खुशामदा सतगुरु सारियां नूं अमृत दे रहे सी जदों मेरी वारी आई कहिंदा मेरी तरफ देख कर गोबिंद यूं मुस्कुरा दिए जैसे कि जानते हो आखो सबदा कहिंदा मेरे वल महाराज ने एक बारी वेख्या ते मुस्कुरा पए पता सी महाराज नूं भी ये सुईया है आखो सबदा पर वेखो कहिंदा मेरे तों भी रिहा नहीं गया अब्दुल तुरानी कहिंदा मैनूं सतगुरु जी ने खंडे बाटे दा अमृत बख्श दिता और मेरा नाम हुण अब्दुल तुरानी नहीं मेरा नाम अजमेर सिंह रख दिता खुशामदा और वो जिहड़ा अब्दुल तुरानी सी ना चमकौर दी गड़ी दे 40 सिंघां दे विच फिर अब्दुल तुरानी भी उत्थे शहीद होया अजमेर सिंह खुशामदा इह दर ऐसा है आओ वो चिट्ठी विच लिखदा है आखिरी धारना पढ़ के समाप्ति करांगा अगे दियां विचारां गल करांगा ना कोई होया ते ना कोई हो जी पिता दशमेश वरदा ना कोई होया ते ना कोई हो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।